ਬਾਬੇ ਹੋ ਮੈਨੂੰ ਮੇਰੇ ਮੁੰਡੇ ਕਹਿਣ ਲੱਗੇ ਕਹਿੰਦੇ ਬਾਈ ਜੀ ਅੱਗੇ ਨਾ ਅੱਜ ਮਹਿਫਲ ਦੇ ਵਿੱਚ ਤਿੰਨ ਗੱਡੀਆਂ ਲੱਗੀਆਂ ਨੇ ਸਾਡੇ ਸਤਿਕਾਰਯੋਗ ਸਾਈਂ ਬਾਬਾ ਜੀ ਸਭ ਦੇ ਸਤਿਕਾਰਯੋਗ ਬਾਬਾ ਮੁੰਨੇ ਸ਼ਾਹ ਜੀ ਉਹ ਸਤਿਕਾਰਯੋਗ ਨੇ ਉਹ ਵੀ ਇੱਥੇ ਵਿਰਾਜਮਾਨ ਹੋ ਰਹੇ ਬਾਪੂ ਗੁਲਾਮ ਸਾਈਂ ਸਾਈਂ ਸੁਰਿੰਦਰ ਸ਼ਾਹ ਸਰਕਾਰ ਉਹ ਵੀ ਇੱਥੇ ਵਿਰਾਜਮਾਨ ਹੋ ਰਹੇ ਔਰ ਇੱਕ ਗੱਡੀ ਕਿਸੇ ਹੋਰ ਫਕੀਰ ਦੇ ਨਾਂ ਦੀ ਲੱਗੀ ਹੋਈ ਹੈ ਤੁਹਾਨੂੰ ਇਹਦੇ ਵਿੱਚ ਫਰਕ ਨਜ਼ਰ ਆ ਰਿਹਾ ਹੋਊਗਾ ਪਰ ਸਾਨੂੰ ਨਹੀਂ ਪਤਾ ਕਿਵੇਂ ਹੁਣ ਕਿਸੇ ਨੂੰ ਪੁੱਛ ਲਈਏ ਕਿ ਤੁਸੀਂ ਕਿਹਨੂੰ ਮੰਨਦੇ ਹੋ ਜੇ ਕੋਈ ਸਰਦਾਰ ਭਰਾ ਬੈਠਾ ਹੋਊਗਾ ਕਿ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਲੀ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਦੇ ਹਾਂ ਕੁਝ ਹੋਰ ਕੋਈ ਸੰਤ ਕਬੀਰ ਜੀ ਨੂੰ ਮੰਨਦਾ ਕੋਈ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਦਾ ਕੋਈ ਈਸਾਈ ਧਰਮ ਨੂੰ ਬਿਲੋਂਗ ਕਰਦਾ ਕੋਈ ਕੁਰਾਨ ਪਾਕ ਨੂੰ ਮੰਨਦਾ ਪਰ ਮੇਰਾ ਕਹਿਣਾ ਕੀ ਸੁਣਿਓ ਹੋ ਮਾਂ ਮੇਰੀ ਨੇ ਆਖੀ ਗੱਲ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਫ ਨਹੀਂ ਲੱਗਦਾ ਮਾਂ ਮੇਰੀ ਨੇ ਆਖੀ ਗੱਲ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਫ ਨਹੀਂ ਲੱਗਦਾ ਉਹ ਮੈਨੂੰ ਬਾਬੇ ਨਾਨਕ ਤੇ ਗੁਰੂ ਰਵਿਦਾਸ ਵਿੱਚ ਕੋਈ ਫਰਕ ਨਹੀਂ ਲੱਗਦਾ ਬਾਬੇ ਹੋ ਮੈਂ ਕੋਈ ਗਵਈਆ ਨਹੀਂ ਮੇਰੀ ਡਿਊਟੀ ਲੱਗੀ ਹੈ ਮੇਰੀ ਡਿਊਟੀ ਇੱਕ ਗੱਲ ਤੇ ਲੱਗੀ ਹੋਈ ਹੈ ਕਿਹੜੀ ਗੱਲ ਸਮਝਾਉਣ ਦੇ ਇਸ ਦੁਨੀਆ ਦੇ ਵਿੱਚ ਪਤਾ ਕੀ ਹੋ ਰਿਹਾ ਸਾਡੇ ਚ ਅਸੀਂ ਆਪਣੇ ਤੋਂ ਸ਼ੁਰੂ ਕਰ ਲੈਂਦੇ ਹਾਂ ਇਹ ਗੁਰਦੁਆਰਾ ਸਾਹਿਬ ਮਜ਼ਹਬੀ ਸਿੱਖ ਭਰਾਵਾਂ ਦਾ ਲਓ ਜੀ ਅੱਗੇ ਚਲੇ ਜਾਓ ਇਹ ਗੁਰਦੁਆਰਾ ਸਾਹਿਬ ਉਹਨਾਂ ਜੱਟ ਭਰਾਵਾਂ ਦਾ ਇਹ ਗੁਰਦੁਆਰਾ ਸਾਹਿਬ ਰਵਿਦਾਸੀ ਭਰਾਵਾਂ ਦਾ ਇਹ ਗੁਰਦੁਆਰਾ ਕਿਸੇ ਹੋਰ ਜਾਤੀ ਦਾ ਅਸੀਂ ਆਪਣੇ ਗੁਰੂ ਨੂੰ ਵੰਡੀਆਂ ਪਾ ਕੇ ਬਹਿ ਗਏ ਤੁਹਾਡੇ ਚੋਂ ਕੋਈ ਵੀ ਉੱਠ ਕੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇਵੇ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ ਕੀ ਪਰਮਾਤਮਾ ਅਮਰੀਕਾ 'ਚ ਰਹਿੰਦਾ ਕੀ ਪਰਮਾਤਮਾ ਕੈਨੇਡਾ 'ਚ ਰਹਿੰਦਾ ਕੀ ਉਹ ਇੰਗਲੈਂਡ 'ਚ ਰਹਿੰਦਾ ਕੀ ਉਹ ਪਾਕਿਸਤਾਨ 'ਚ ਰਹਿੰਦਾ ਕੀ ਉਹ ਹਿੰਦੁਸਤਾਨ 'ਚ ਰਹਿੰਦਾ ਕਿੱਥੇ ਰਹਿੰਦਾ ਕਿਸੇ ਨੂੰ ਕੋਈ ਜਵਾਬ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਉਹ ਬਾਬੇ ਹੋ ਸਾਡੇ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਸਾਨੂੰ ਕਹਿੰਦੇ ਆ ਦੱਸਦੇ ਆ ਕਹਿੰਦਾ ਰੱਬ ਦਾ ਜਨਮ ਉੱਥੇ ਹੀ ਹੋ ਜਾਂਦਾ ਜਿੱਥੇ ਰੱਬ ਦਾ ਨਾਮ ਉਹ ਨਿਕਲ ਜਾਵੇ ਤੇ ਫਿਰ ਮੰਡੀਆਂ ਕਾਹਦੀਆਂ ਅਸੀਂ ਮੰਦਿਰ ਦੇ ਵਿੱਚ ਮੁਸਲਮਾਨ ਨੂੰ ਨਹੀਂ ਵੜਨ ਦਿੰਦੇ ਮੁਸਲਮਾਨ ਮਸਜਿਦ ਦੇ ਵਿੱਚ ਹਿੰਦੂਆਂ ਨੂੰ ਨਹੀਂ ਵੜਨ ਦਿੰਦਾ ਅਸੀਂ ਆਪ ਹੀ ਵੰਡੀਆਂ ਪਾ ਕੇ ਬਹਿ ਗਏ ਨਹੀਂ ਰਸਤਾ ਇੱਕੋ ਹੈ ਉਹਦੇ ਘਰ ਨੂੰ ਜਾਣ ਦਾ ਇਹ ਮੰਨ ਸਕਦੇ ਕੋਈ ਇੱਧਰੋਂ ਆ ਰਿਹਾ ਕੋਈ ਇੱਧਰੋਂ ਆ ਰਿਹਾ ਕੋਈ ਇੱਧਰੋਂ ਆ ਰਿਹਾ ਜਾਣਾ ਸਾਰਿਆਂ ਨੇ ਇੱਕੋ ਥਾਂ ਹੈ ਬਾਬਿਓ ਔਰ ਤੁਹਾਡੇ ਚੋਂ ਕੋਈ ਵੀ ਇੱਕ ਵਾਰੀ ਮੈਨੂੰ ਉੱਠ ਕੇ ਇਹ ਦੱਸ ਦਿਓ ਕਿ ਜਦੋਂ ਇਸ ਦੁਨੀਆਂ ਤੋਂ ਜਾਣਾ ਉਹ ਕਿਹਨੂੰ ਪੈਸਿਆਂ ਨਾਲ ਫੂਕਣਾ ਇੱਕ ਵਾਰੀ ਦੱਸ ਦਿਓ ਕੌਣ ਹੈ ਉਹ ਕਿਹੜਾ ਇਨਸਾਨ ਹੈ ਜਿਹਨੂੰ ਸੋਨੇ ਚਾਂਦੀ ਦੇ ਨਾਲ ਵਿਦਾ ਕੀਤਾ ਜਾਊਗਾ ਉਹ ਬਾਬੇ ਉਹ ਇੱਥੇ ਜਦੋਂ ਮਾਂ ਪਿਓ ਦੁਨੀਆਂ ਤੋਂ ਜਾਂਦੇ ਹੈ ਖਾਸ ਕਰਕੇ ਨੌਂ ਤੇ ਮੁੰਡੇ ਪਤਾ ਕੀ ਕਹਿੰਦੇ ਆ ਨਾਲੇ ਰੋਈ ਜਾਣਗੇ ਤੇ ਨਾਲੇ ਕਹੀ ਜਾਣਗੇ ਇਹਨਾਂ ਦੀ ਕੰਨ ਦੀਆਂ ਵਾਲੀਆਂ ਵੀ ਕੱਢ ਲਓ ਕੰਨ ਦੀਆਂ ਵਾਲੀਆਂ ਵੀ ਕੱਢ ਲਓ ਤੇ ਨਾਲੇ ਰੋਂਦੇ ਰੋਂਦੇ ਕਹਿਣਗੇ ਬੇਬੇ ਦੇ ਹੱਥ 'ਚ ਅੰਗੂਠੀ ਉਹ ਵੀ ਕੱਢ ਲਓ ਫਿਰ ਮਾਇਆ ਨਾਲ ਪਿਆਰ ਹੋ ਗਿਆ ਮਾਂ ਪਿਓ ਨਾਲ ਲਈ ਤੇ ਫਿਰ ਕਾਹਦੇ ਕਮੰਡਾਂ 'ਚ ਪਏ ਹੋ ਵੀ ਅਸੀਂ ਉਹਨੂੰ ਮੰਨਦੇ ਹਾਂ ਅਸੀਂ ਉਹਨੂੰ ਮੰਨਦੇ ਹਾਂ ਇੱਥੇ ਗੁਰਬਾਣੀ ਨੂੰ ਤਾਂ ਸਾਰੇ ਮੰਨਦੇ ਆ ਪਰ ਗੁਰਬਾਣੀ ਦੀ ਕੋਈ ਨਹੀਂ ਮੰਨਦਾ ਬਾਬਿਓ
ये सच है, ये अज का सच है। तुसी गुरबाणी नू सारे ही मनदे हो, पर गुरबाणी दे विच जो लिखिया उहनू कोई नहीं मनदा। जे उहनू मनन लग गए फिर मोह माया तो प्यार टुट जाना बाबे। आओ उस धन धन श्री गुरु नानक पातशाह दे चरणा च अरदास बेनती करिए, सचे पातशाह आओ साडे ते रहम करो, सानू इको रस्ते ते तोरन दा सलीका बख्शो, सानू एक चंगी सोच बख्शो बाबे। एक बारी जोरदार ताड़ियां धन गुरु नानक पातशाह लई। हो तोवे सच दा होका दे गए ने, मिल करे आपसी ए गल कह गए ने। मैनू लोकां दी गल विच ओ कोई तर्क नहीं लगदा, मैनू बाबे नानक ते गुरु रविदास विच कोई फर्क नहीं लगदा। पंजाब दा शेर गवैया मेरा भरा गुरजीत जीती, एक बार अगे आओ बाबा जी। ये पंजाब दा ओ गवैया है, साडे पैर कंब रहे गाउन गाउन लग्या क्योंकि ये पिछे खड़े है। अज भरा बड़ी मिन्नता तरलिया नाल कह के लाया भी सानू भी गरीबां नू सुणन आ जाओ, और साडे नाल आए एक बारी जोरदार ताड़ियां भरा लई। पंजाब दा ओ शेर गवैया मैं जरूर एक दो शब्द कहूंगा कि जरूर सुना के जाणगे, ते तुसी सुनोगे तुहानू लग जूगा पता कि ये रूह केड़ी है। बहुत बहुत मेहरबानी, शुक्रिया। रातों को उठी उठ कर जिनके लिए रोते हैं, कोई उठी उठ कर जिनके लिए रोते हैं, रातों को उठी उठ कर जिनके लिए रोते हैं, उठी उठ कर जिनके लिए रोते हैं, वो अपने मकानों में, वो अपने मकानों में आराम से सोते हैं, अपने मकानों में आराम से सोते हैं, वो अपने मकानों में आराम से सोते हैं, किस बात का रोना, किस बात पे रोते हैं, रोना है किस बात पे रोते हैं, और किस बात का रोना है, किस बात पे रोते हैं, रोना है किस बात पे रोते हैं। कश्ती के मुहाफ़िज़ ही, कश्ती के मुहाफ़िज़ ही कश्ती को डुबोते हैं, जेरी फोटो लगी है। सानू अक्सर लोग सवाल करते हैं, वो कहते चार पांच साल हो गए चंडीगढ़ दे विच रहिंदे, की लभिया तुहानूं, की मिलिया। मैं अपनी मां नूं जाके कहा ऐसा मिलिया फकीर दी माए मैनूं, ऐसा मिलिया, ऐसा मिलिया।
ਭੈਣਾਂ ਨੂੰ ਲੱਗ ਬਿਠਾਇਆ ਹੋਇਆ ਇਹ ਕਲਾਕਾਰ ਲੱਗ ਕਰ ਰਹੇ ਆ ਇਹ ਕੈਮਰੇ ਵਾਲੇ ਭਰਾ ਲੱਗ ਬੈਠੇ ਆ ਸਾਊਂਡ ਵਾਲੇ ਭਰਾ ਲੱਗ ਬੈਠੇ ਆ ਪਰ ਸੁਣ ਸਾਰੇ ਸਤਿਗੁਰ ਦੀ ਬਾਣੀ ਰਹੇ ਆ ਸਾਰੇ ਸਤਿਗੁਰ ਦੀ ਬਾਣੀ ਸੁਣ ਰਹੇ ਅਸੀਂ ਅਲੱਗ ਅਲੱਗ ਜ਼ਰੂਰ ਬਿਠਾ ਦਿੱਤੇ ਇਸੇ ਤਰ੍ਹਾਂ ਸਾਨੂੰ ਧਰਮਾਂ ਦੇ ਵਿੱਚ ਜ਼ਰੂਰ ਵੰਡ ਦਿੱਤਾ ਪਰ ਅਸੀਂ ਇੱਕੋ ਹਾਂ ਯਾਦ ਰੱਖਿਓ ਅਸੀਂ ਇੱਕ ਹਾਂ ਉੱਥੇ ਅਮਲਾਂ ਦੇ ਹੋਣਗੇ ਨਬੇੜੇ ਔਰ ਕਿਸੇ ਨਾ ਤੇਰੀ ਯਾਦ ਪੁੱਛਣੇ ਇੱਕ ਵੀ ਬੰਦਾ ਦੱਸ ਦੋ ਜਾ ਕੇ ਜੇ ਉਹਨੇ ਸਿਰ ਤੇ ਪੱਗ ਬੰਨੀ ਤਾਂ ਉਹਨੂੰ ਲੱਗ ਬਿਠਾਇਆ ਜਾਊਗਾ ਜੇ ਉਹਨੇ ਟੋਪੀ ਪਾਈ ਹੋਈ ਤਾਂ ਉਹਨੂੰ ਲੱਗ ਬਿਠਾਇਆ ਜਾਊਗਾ ਜੇ ਉਹਨੇ ਲੰਮਾ ਕੋਈ ਕੁੜਤਾ ਪਾਇਆ ਹੋਇਆ ਉਹਨੂੰ ਲੱਗ ਬਿਠਾਇਆ ਜਾਊਗਾ ਜੇ ਕਿਸੇ ਨੇ ਜਨੇਊ ਪਾਇਆ ਹੋਇਆ ਤਾਂ ਉਹਨੂੰ ਲੱਗ ਬਿਠਾਇਆ ਜਾਊਗਾ ਨਹੀਂ ਉੱਥੇ ਤੇ ਤੇਰੇ ਅਮਲਾਂ ਨੂੰ ਦੇਖਿਆ ਜਾਣਾ ਤੂੰ ਕੀਤਾ ਕੀ ਹੈ ਤੂੰ ਕਰਕੇ ਕੀ ਆਇਆ ਅੱਜ ਇਸ ਦਰਬਾਰ ਦੇ ਵਿੱਚ ਨੰਬਰਾਂ ਲੈ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕ ਗਿਆ ਤੇ ਝੁਕ ਗਿਆ ਫਿਰ ਉਸ ਤੋਂ ਇਲਾਵਾ ਜੇ ਕੋਈ ਮੰਦਰ ਮਿਲਦਾ ਉਹਨੂੰ ਸਜਦਾ ਕਰਨ ਦੇ ਵਿੱਚ ਫਰਕ ਨਹੀਂ ਪੈਂਦਾ ਉਹਨੂੰ ਕਰ ਦਿਓ ਜੇ ਕੋਈ ਚਰਚ ਮਿਲਦੀ ਉਹਨੂੰ ਸਜਦਾ ਕਰ ਦਿਓ ਕਿਉਂਕਿ ਇਹ ਚਰਚ ਇਹ ਮੰਦਰ ਅਸੀਂ ਬਣਾਏ ਉਹ ਨਹੀਂ ਬਣਾ ਕੇ ਗਿਆ ਉਹਨੇ ਤਾਂ ਸਾਨੂੰ ਬਣਾਇਆ ਤੇ ਮੇਰਾ ਸਾਈਂ ਕੀ ਕਹਿੰਦਾ ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਦੇ ਮਰਦਾਨੇ ਦੀ ਮਾਤਾ ਜੀ ਭੈਣ ਜੀ ਕਹਿੰਦੇ ਬਣਤੀ ਨਹੀਂ ਬਣਾਉਣੀ ਪੜਤੀ ਹੈ ਤਕਦੀਰ ਬਣਤੀ ਨਹੀਂ ਇਹ ਬਣਾਉਣੀ ਪੜਤੀ ਹੈ ਤਕਦੀਰ ਇਹਨੂੰ ਗੁਲਾਮੋ ਕੋ ਆਪਣੇ ਸਾਥ ਲੈ ਜਾਓ ਕਿਆ ਕਰੋ ਸਾਨੂੰ ਤੇ ਨੌਕਰਾਂ ਨੂੰ ਆਪਣੇ ਨਾਲ ਹੀ ਲੈ ਜਾਓ ਅਸੀਂ ਤੁਹਾਡੇ ਚਰਨਾਂ ਦੀ ਧੂੜਾਂ ਮਿੱਟੀਆਂ ਬਾਬੇ ਔਰ ਜਿਹੜੇ ਸੰਤ ਮਹਾਂਪੁਰਸ਼ ਮਾਤਾ ਜੀ ਬਿੱਟੀ ਕੋਲ ਸਲਾਮ ਹੈ ਸਿਰ ਝੁਕਾ ਕੇ ਬਾਬਾ ਜੀ ਸਲਾਮ ਹੈ ਇਹ ਫਕੀਰ ਐ ਨਹੀਂ ਬਣਦੇ ਗੱਲ ਯਾਦ ਰੱਖਿਓ ਕਿਸੇ ਦੇ ਮਾਂ ਪਿਓ ਕਦੇ ਨਹੀਂ ਸੋਚਦੇ ਕਿ ਸਾਡੀ ਧੀ ਫਕੀਰ ਬਣੇ ਸਾਡਾ ਪੁੱਤ ਫਕੀਰ ਬਣੇ ਕਦੇ ਨਹੀਂ ਸੋਚਦੀ ਮੈਂ ਦਾਵੇ ਨਾਲ ਕਹਿੰਦਾ ਇੱਥੇ ਮੁਰਸ਼ਦ ਆ ਕੇ ਬੈਠਣਗੇ 99% ਨੌਜਵਾਨਾਂ ਨੂੰ ਪਾਸਪੋਰਟ ਫੜਾਉਣਗੇ ਆਪਣਾ ਆਪਣੇ ਕਾਗਜ਼ਾਤ ਫੜਾਉਣਗੇ ਅਸੀਂ ਨੌਕਰੀ ਲੱਗ ਜਾਈਏ ਅਸੀਂ ਬਾਹਰ ਚਲੇ ਜਾਈਏ ਜੇ ਤੁਹਾਡੇ ਮਾਂ ਪਿਓ ਚਾਹੁੰਦੇ ਆ ਨਾ ਕਿ ਸਾਡਾ ਪੁੱਤ ਬਾਹਰ ਚਲਾ ਜਾਵੇ ਨੌਕਰੀ ਲੱਗ ਜਾਏ ਇਹਨਾਂ ਫਕੀਰਾਂ ਦੇ ਵੀ ਮਾਂ ਪਿਓ ਇਹੀ ਸੋਚਦੇ ਆ ਵੀ ਇਹ ਕਿਸੇ ਚੰਗੇ ਰਸਤੇ ਪੈ ਜਾਣ ਇਹ ਫਕੀਰ ਬਣਨਾ ਕੋਈ ਛੋਟੀ ਗੱਲ ਨਹੀਂ ਬਾਬਿਓ ਇਹ ਕੰਡਿਆਂ ਦੀ ਸੇਜ ਹੈ ਇਹ ਕੰਡਿਆਂ ਤੇ ਤੁਰਨਾ ਪੈਂਦਾ ਕੰਡਿਆਂ ਤੇ ਤੁਰਨਾ ਪੈਂਦਾ ਇਹ ਅੰਗਾਰਿਆਂ ਤੇ ਤੁਰਨਾ ਪੈਂਦਾ ਉਹ ਫਕੀਰੀ ਹੈ ਤੇ ਮਾਂ ਪਿਓ ਕੋਈ ਨਹੀਂ ਚਾਹੁੰਦਾ ਸਾਡਾ ਪੁੱਤ ਫਕੀਰ ਬਣੇ ਸਾਡੀ ਧੀ ਫਕੀਰ ਬਣੇ ਪਰ ਜਿਹੜਾ ਉਸ ਅਕਾਲਪੁਰ ਪੁਰਖ ਨੇ ਲਿਖ ਦਿੱਤਾ ਉਸ ਅੱਲਾ ਪਾਕ ਨੇ ਜੋ ਲਿਖ ਦਿੱਤਾ ਉਹ ਇਹਨਾਂ ਨੂੰ ਕਰਨਾ ਪੈਣਾ ਪਰ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਕਿ ਬਾਬਿਓ ਇਹ ਕਦੇ ਆਪਣੇ ਆਪ ਨੂੰ ਫਕੀਰ ਕਹਿੰਦੇ ਹੋਣਗੇ ਇਹ ਤੇ ਆਪਣੇ ਆਪ ਨੂੰ ਨੌਕਰ ਕਹਿੰਦੇ ਆ ਤੁਹਾਡਾ ਤੁਹਾਡੇ ਚਰਨਾਂ ਦੀ ਧੂੜ ਨੇ ਤੁਹਾਡੇ ਜੋੜਿਆਂ ਦੀ ਜਿਹੜੀ ਮਿੱਟੀ ਆ ਉਹਦੇ ਬਰਾਬਰ ਨੇ ਬਾਬਾ ਜੀ ਇੱਕ ਵਾਰੀ ਇਹਨਾਂ ਫਕੀਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਮੈਂ ਕਮਲੀ ਯਾਰ ਦੀ ਕਮਲੀ We'll be right back.
ਬੈਲੈਂਸ ਆਪ ਦੋਵੇਂ ਕੀਬੋਰਡ ਦਾ ਬੈਲੈਂਸ ਨਹੀਂ ਮਾਰ ਰਹੇ ਤੁਸੀਂ ਕਿਤੇ ਹੋਰ ਤੁਰੇ ਫਿਰਦੇ ਹੋ ਮੈਂ ਕਿਤੇ ਹੋਰ ਹਾਂ ਤੁਸੀਂ ਕਿਤੇ ਹੋਰ ਹੋ ਥੋੜਾ ਮੇਰਾ ਕੰਨੀ ਧਿਆਨ ਦਿਓ ਹੱਥ ਜੋੜ ਕੇ ਬੇਨਤੀ ਮੈਂ ਤਾਂ ਮੈਨੂੰ ਗਾਉਣਾ ਨਹੀਂ ਆਉਂਦਾ ਮੈਂ ਤਾਂ ਨੌਕਰ ਹਾਂ ਤੁਹਾਡਾ ਥੋੜਾ ਜਿਹਾ ਬੜੀ ਮਿਹਰਬਾਨੀ आजा वे आजा परदेसिया।
मुर्शिद मेरा सब तो सोना एदे वर्गा होर नहीं होना एदे वर्गा होर नहीं होना एदे वर्गा आ मुर्शिद मेरा सब तो सोना एदे वर्गा होर नहीं होना एदे वर्गा होर नहीं होना एदे वर्गा आनी थी ये मेरे तो मिले जा आनी थी ये मेरे तो मिले जा आनी थी ये मेरे तो मिले जा ते मेनू दे दे कोई दुआ आनी थी ये मेरे तो ले जा ते मेनू दे दे कोई दवा तू ते मेनू दस दिते ते मैं तेनू दे रहा पूरा पजा पूरा पजा आ जानी ये थीए कोई दे दे मुंह दवा आ जानी मेरी धीए कोई मुंह दे दे दवा आ जानी मेरी धीए वा कोई मुंह दे दे दवा आ जानी मेरी धीए कोई मुंह दे दे दवा आ जा ਕਿੱਥੇ ਧੀ ਦਾ ਕਿਰਦਾਰ ਨਿਭਾਉਣੀ ਹੈ ਤੇ ਕਿੱਥੇ ਮਾਂ ਬਣ ਕੇ ਆਉਣੀ ਹੈ ਕਿੱਥੇ ਧੀ ਦਾ ਕਿਰਦਾਰ ਨਿਭਾਉਂਦੀ ਹੈ ਕਿੱਥੇ ਮਾਂ ਬਣ ਕੇ ਆਉਣੀ ਹੈ ਉਹ ਕਿਤੇ ਝਾਂਸੀ ਵਾਂਗੂ ਜੁੱਧ ਦੇ ਵਿੱਚ ਤਣਦੀ ਹੈ ਕਿਤੇ ਝਾਂਸੀ ਦੇ ਵਾਂਗ ਜੁੱਧ ਦੇ ਵਿੱਚ ਤਣਦੀ ਹੈ ਕਿੱਥੇ ਨਾਨੀ ਬਣ ਕੇ ਦਿਖ ਜਾਵੇ ਕਿੱਥੇ ਦਾਦੀ ਆ ਕੇ ਬਣਦੀ ਹੈ नानी बन के रख जावे किथे दादी आके बनदी है मैं कहना मेरी भी उम्र तेनू लग जे माता जिउंदी रह बाबे ओ एक गल कहां दुनिया च एक सवाल सुन लियो ओदा जवाब भी सुन लियो दुनिया दी सब तो पावर सब तो तगड़ी सब तो जोशीली चीज पता परमात्मा ने केड़ी बनाई है औरत याद रखियो सैने कहंदे है कहंदा जदों एक औरत मां बनदी है जदों एक अपने बच्चे नू जन्म देंदी है ओदा दूसरा जन्म होंदा है ਉਹ ਸਾਡੇ ਲਈ ਮੌਤ ਦੇ ਨਾਲ ਲੜਦੀ ਹੈ ਫਿਰ ਇਹਦੇ ਤੋਂ ਬਲਵਾਨ ਕੌਣ ਹੋ ਸਕਦਾ ਬਾਬੇ ਔਰ ਇੱਕ ਗੱਲ ਨੋਟ ਕਰਿਓ ਮੈਂ ਉਹਨਾਂ ਧੀਆਂ ਨੂੰ ਹਰ ਸਟੇਜ ਤੇ ਕਹਿਣਾ ਹੁੰਦਾ ਅੱਜ ਕੱਲ੍ਹ ਲੋਕ ਧੀਆਂ ਮੰਗਣ ਤੋਂ ਕਤਰਾਉਣ ਲੱਗ ਗਏ ਧਿਆਨ ਦਿਓ ਮੇਰੇ ਮੇਰੀ ਗੱਲ ਕਰਨੀ ਧੀਆਂ ਮੰਗਣ ਤੋਂ ਕਤਰਾਉਣ ਲੱਗ ਗਏ ਕਿਉਂ ਮੈਂ ਉਸ ਧੀ ਨੂੰ ਧੀ ਨਹੀਂ ਗਿਣਦਾ एक टुचू जे इंसान पिछे लग के जेड़ा 25 26 साल 24 साल दा अपने मां प्यो दा प्यार भुल जावे मैं उहनू धी नहीं गिणदा उहनू ना इत्थे ढोई दे ना उत्थे और एक बेदिमाग औरत दे पिछे लग के एक नौजवान अपने मां प्यो दी कदर करना छड़ देवे मैं उहनू नौजवान नहीं गिणदा ਉਹਨੂੰ ਪੁੱਤ ਨਹੀਂ ਉਹਨੂੰ ਕਪੁੱਤ ਗਿਣੂਗਾ ਔਰ ਯਾਦ ਰੱਖਿਓ ਜਿਹੜੇ ਮਾਂ ਪਿਓ ਦੀ ਸੇਵਾ ਨਹੀਂ ਨਾ ਕਰਦੇ ਬਾਬਿਓ ਇਹ ਗੱਲ ਮੈਂ ਬਹੁਤ ਵੱਡੀ ਕਹਿਣ ਲੱਗਾ ਆ ਜਿੰਨੇ ਤੇ ਫਕੀਰ ਆ ਰਹੇ ਆ ਜਿੰਨੇ ਵੀ ਇਹ ਮਾਂ ਤੋਂ ਉੱਪਰ ਨਹੀਂ ਹੋ ਸਕਦੇ ਇਹ ਮਾਂ ਤੋਂ ਉੱਪਰ ਨਹੀਂ ਹੋ ਸਕਦੇ ਜਿਨ੍ਹਾਂ ਨੌਜਵਾਨਾਂ ਨੇ ਮਾਂ ਪਿਓ ਦੀ ਕਦਰ ਨਹੀਂ ਨਾ ਕੀਤੀ ਇਹਨਾਂ ਦੇ ਚਰਨਾਂ 'ਚ ਪਲਾ ਦਿਨ ਰਾਤ ਸਿਰ ਝੁਕਾ ਕੇ ਬੈਠੇ ਰਹੋ ਕੱਖ ਪੱਲੇ ਨਹੀਂ ਪੈਣਾ ਕੱਖ ਨਹੀਂ ਪੱਲੇ ਪੈਣਾ ਹੈ ਮੈਂ ਲਿਖ ਕੇ ਤੈਨੂੰ ਤਿਆਰ ਹਾਂ ਪਹਿਲਾ ਤੀਰਥ ਪਹਿਲਾ ਗੁਰੂ ਮਾਂ ਪਿਓ ਹੈ ਮਾਂ ਦੇ ਪੈਰਾਂ ਥੱਲੇ ਜੰਨਤ ਹੈ ਤੇ ਜੰਨਤ ਦਾ ਦਰਵਾਜ਼ਾ ਪਿਓ ਦੇ ਪੈਰਾਂ ਥੱਲੋਂ ਜਾਂਦਾ ਹੈ ਆਪਣੇ ਮਾਂ ਪਿਓ ਦੇ ਨਾਂ ਤੇ ਤਾੜੀ ਲਾਓ ਬਾਬੇ ਇੱਕ ਵਾਰੀ ਜਿਹੜੇ ਪਿਆਰ ਕਰਦੇ ਆਪਣੇ ਮਾਂ ਪਿਓ ਨੂੰ ਆ ਮੁਰਸ਼ਦ ਮੇਰਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ
ਓ ਮੁਰਸ਼ਦ ਮੇਰਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਜਿਹਦੇ ਦਰ ਤੋਂ ਲੁੱਟਦੇ ਲੋਕੀ ਜਿਹਦੇ ਦਰ ਤੋਂ ਲੁੱਟਦੇ ਲੋਕੀ ਖੁਸ਼ੀਆਂ ਸੰਸਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ ਰਲ ਮਿਲ ਗੱਲਾਂ ਕਰੀਏ ਸੋਹਣੇ ਦਰਬਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਬਾਕਰਪੁਰ ਦਰਬਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ खाकी वर्दी पुलिस डिपार्टमेंट बाबे सजदा सलाम है तुहानू जी आया नू क्योंकि तुहाडी वर्दी दे विच ओ पावर है एक रब दे समान बाबा जी जिवें इंसान रब दे खौफ तो डरदा है इसे तरह पंजाब पुलिस चा हरियाणा पुलिस उन्हां तों वी इदां ही खौफ खाउंदे है और उन्हें मावां नूं सजदा सलाम है जिन्होंने तुहानू जन्म दिता है जिन्हें भी पुलिस डिपार्टमेंट खड़ी है मेरा सजदा तुहानू सिर चुका के नमस्कार है बाबे ज्यों दे वसदे रहो दाता चढ़दी कलाज रखे तरक्कियां देवे प्रवीण जी प्रवीण भाई ये भरा साडा पीजीआई तो है पीजीआई दे विच डॉक्टर ने इन्हां दी ड्यूटी है और ये दाता सरकार नूं बड़ा प्यार करदे पता क्यों कहिंदा जिहड़ा काम कोई डॉक्टर नहीं कर सकदा वह साडा दाता सरकार कर दिंदा इस करके बड़ा प्यार करदा एक बार जोरदार ताड़ियां बापू सरकार लई बहुत बहुत मेहरबानी निक्की जी आया बाबा जी ओ वक्त पैण ते जद कोई साडे नाल नी आके खड़िया उसे वेले साइया साडा हाथ लाके सी फड़िया ओए उसे वेले साइया तू हाथ साडा सी फड़िया ओए उसे वेले साइया आके हाथ साडा सी फड़िया वक्त पैण ते जद कोई साडे नाल नी आके खड़िया उसे वेले साइया तू हाथ साडा सी फड़िया उसे वेले साइया तू हाथ साडा हसी फड़िया तेरे दर तो टुट दियां लड़ियां तेरे दर तो टुट दियां लड़ियां पीछे हंकार दियां आओ रल मिल गल्ला करिए मेरे सोने यार दियां रल मिल गल्ला करिए मेरे सोने यार दियां आओ रल मिल गल्ला करिए मेरे सोने यार दियां सूरज जड़ा मुड़ा इस नमाणे जी नूं तुहाडे तक पहुंचाउंदा है मैं कोटि कोटि सलाम करना बाबा जी शुक्रिया चढ़दा सूरज है तू उधर मैं तो तेनों मिलिया पहली बार आजा ओए तेरा हाथ लेंदे सूरज वांगू होया पिया खाया पिया कर सोणिया ओ नहीं नहीं इत्थे हथ रख इत्थे सिर ते तेरी बड़ी मेहरबानी तू मेरे गाए हुए छोटे छोटे प्रोग्रामां नूं इन्हां रब्बी रूहां तक पहुंचाउंदा तेरी बड़ी मेहरबानी दिलों लव यू है शुक्रिया आओ रल मिल गल्लां करिए मेरे सोहणे यार दियां रल मिल गल्लां करिए मेरे सोहणे यार दियां आओ रल मिल गल्लां करिए मेरे ओ चिट्टा तेरा चादरा तान के सौं गया नींद आई कहर दी सुत्ता क्यों नहीं जागदा हो काली कंबली वालिया बगरा जया हो साई तेरिया पल पल लोड़ा
आजा हो साई ओ तेरिया पल पल लोड़ा हाजरता हो साई ओ आजा आजा बुजुर्गा हाजरता हो साई ओए ਸਾਡੇ ਦਿਲ ਨੂੰ ਵੀ ਉਹੀ ਟਾਂਗ ਲੱਗੀ ਹੋਈ ਜਿਹੜੀ ਤੁਹਾਨੂੰ ਲੱਗੀ ਹੈ ਹੁਣ ਤੁਸੀਂ ਇਹ ਦੇਖ ਰਹੇ ਹੋ ਕਿ ਰਸਤਾ ਇਧਰੋਂ ਆਊਗਾ ਕਿ ਰਸਤਾ ਉਧਰੋਂ ਆਊਗਾ ਸੱਚ ਹੈ ਨਾ ਉਹਨੇ ਪਤਾ ਨਹੀਂ ਕਿਧਰੋਂ ਆ ਜਾਣਾ ਬੈਠੇ ਰਹੋ ਔਰ ਮੇਰੇ ਕੰਨ ਦੇ ਵਿੱਚ ਇੱਕ ਭਰਾ ਕਹਿ ਕੇ ਗਿਆ ਕਹਿੰਦੇ ਸਾਡੀ ਇੱਥੋਂ ਦੀ ਸੰਗਤ ਬੜੀ ਸਿਆਣੀ ਹੈ ਮੈਂ ਜਿੱਥੇ ਵੀ ਪ੍ਰੋਗਰਾਮ ਤੇ ਜਾਣਾ ਨਾ ਮੇਰੇ ਨਾਲ 5 ਮਿੰਟ ਵਾਅਦਾ ਕਰਦੇ ਆ ਅਸੀਂ ਖੜੇ ਨਹੀਂ ਹੋਣਾ ਅਸੀਂ ਖੜੇ ਬਿਲਕੁਲ ਨਹੀਂ ਹੋਣਾ ਤੇ ਜਦੋਂ ਦਾਤਾ ਸਰਕਾਰ ਆ ਜਾਂਦੇ ਆ ਫਿਰ ਕੌਣ ਵਾਅਦਾ ਕਰਨ ਵਾਲਾ ਤੇ ਕਿਹੜੇ ਵਾਅਦੇ ਪਗਾਉਣ ਵਾਲਾ ਅੱਜ ਮੇਰੇ ਨਾਲ ਵਾਅਦਾ ਕਰੋ ਜਦੋਂ ਆਉਣਗੇ ਉਹ ਮੁਰਸ਼ਿਦ ਪੀਰ ਆਉਣਗੇ ਬਹਿ ਕੇ ਦੀਦਾਰ ਕਰਨੇ ਵਾਲਾ ਜੀ ਬਹਿ ਕੇ ਦੀਦਾਰ ਕਰਨਾ ਇਸੇ ਤਰ੍ਹਾਂ ਤਾੜੀ ਤਾਂ ਲਾਇਓ ਜੇ ਪੱਕਾ ਵਾਅਦਾ ਕਰ ਰਹੇ ਹੋ ਪੱਕੀ ਗੱਲ ਹੈ आ जाओ फिर ओदे ओदे ओदी घोड़ियां गाइए दाता सरकार दियां सूहे वे चीरे वाले आ गल कहनिया सूहे वे चीरे वाले आ सूहे वे चीरे वाले आ मैं कहनिया सूहे वे चीरे वाले आ मैं कर छतड़ी दी शाम मैं शाम में बहनी आ कतर छतड़ी दी शाम मैं शाम में बहनी आ ओ कर छतड़ी दी शाम मैं शाम में बहनी आ ये 1300 फड़ मेरी भैन फड़ो ਤੁਸੀਂ ते ए रुपये 30 ए रुपया 100 ते ऊपर दे रहे हैं तेनू 30 तू ही मेरी भैन कुड़िए तू ही मेरी ती और तू ही मेरी भैन कुड़िए तू ही मेरी ती और तू ही मेरी भैन कुड़िए तू ही मेरी ती तू ही मेरी ती तू ही मेरी भैन कुड़िए तू ही मेरी ती आहा बह जाओ वादे वाले भुल गए बह जाओ इथे ही आणगे हो चिट्टा तेरा चादरा तान के सौ गया नींद आई कहर दी सुता क्यों नहीं जागदा ओ काली कंबली वालिया भगरा ज हो साई तेरिया पल पल लोड़ा हाजरता हो साई तेरिया पल पल लोड़ा हाजरता हो साई अजय बाजरे दा सिट्टा असा तली ते मारोड़िया बाजरे दा सिट्टा बाजरे दा सिट्टा असा तली ते मारोड़िया बाजरे दा सिट्टा छड़ के दुनिया नु आखा सानू तेरी सैया लोड़िया बाजरे दा सिट्टा बाजरे दा सिट्टा तली ते मारोड़िया बाजरे दा सिट्टा बाबे ओ बह जाओ ਬਹਿ ਜਾਓ ਤੁਸੀਂ ਤੇ ਸੰਗਤ ਨੂੰ ਇੱਕ ਆਮ ਖਾੜੇ ਦਾ ਰੂਪ ਦੇਤਾ ਗਲਤ ਗੱਲ ਹੈ ਬਾਬਾ ਜੀ ਬਹਿ ਜਾਓ ਬਹਿ ਜਾਓ ਪਲੀਜ਼ ਬਹਿ ਜਾਓ ਬਾਬਾ ਜੀ ਸਿਆਣੇ ਬਣੋ ਸਿਆਣੇ ਬਣੋ
ਭਾਜੀ ਮੇਰਾ ਇਹਦਾ ਥੋੜਾ ਵੋਲਿਊਮ ਕਰ ਦਿਓ, ਬੜੀ ਮਿਹਰਬਾਨੀ। ਹੁਣ ਆ ਰਿਹਾ, ਬਹੁਤ ਵਧੀਆ, ਸ਼ੁਕਰੀਆ, ਬੜੀ ਮਿਹਰਬਾਨੀ। ਰਿਸ਼ੀ ਸਾਊਂਡ ਬਹੁਤ ਅੱਛੀ, ਦਾਤਾ ਭਲੀ ਕਰੇ। ਵਾਹਿਗੁਰੂ, ਬਹਿ ਜਾਓ ਬਾਬਾ ਜੀ। ਟਾਈਮ ਬਹੁਤ ਥੋੜਾ ਹੈ, 10 ਵਜੇ ਵੈਸੇ ਸਾਡੇ ਮੁਲਾਜ਼ਮ ਇੱਥੇ ਖੜੇ ਆ 10 ਵਜੇ, ਤੇ ਚੰਡੀਗੜ੍ਹ ਦੇ ਵਿੱਚ ਵੈਸੇ ਵੀ ਮੇਰੇ ਹਿਸਾਬ ਨਾਲ ਸਾਊਂਡ ਅਲਾਊਡ ਨਹੀਂ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਬਾਬਿਓ, ਕਾਨੂੰਨ ਦੀ ਉਲੰਘਣਾ ਨਾ ਕਰੋ, ਦਾਇਰੇ 'ਚ ਰਹਿ ਕੇ ਕੰਮ ਕਰੀਏ ਤੇ ਸਾਰਿਆਂ ਨੂੰ ਚੰਗਾ ਲੱਗੂਗਾ। ਬਹਿ ਜਾਓ, ਬਹਿ ਜਾਓ, ਬੜੀ ਮਿਹਰਬਾਨੀ, ਆ ਜਾਓ ਜੀ। ਕਿਸੇ ਦਾ ਸਾਈਂ ਵਸੇ ਨਕੋਦਰ, ਕਿਸੇ ਦਾ ਕਸੂਰ ਜੋਗਿਆ। ਓ ਕਿਸੇ ਦਾ ਸਾਈਂ ਵਸੇ ਨਕੋਦਰ, ਕਿਸੇ ਦਾ ਕਸੂਰ ਜੋਗਿਆ। ਸਾਡਾ ਸਾਈਂ ਬਾਕਰਪੁਰ ਰਹਿੰਦਾ, ਕਿਸੇ ਦਾ ਓਏ ਦੂਰ ਜੋਗਿਆ। ਓ ਸਾਡਾ ਸਾਈਂ ਬਾਕਰਪੁਰ ਰਹਿੰਦਾ, ਕਿਸੇ ਦਾ ਕੋਈ ਦੂਰ ਜੋਗਿਆ। ਬਾਬਾ ਨਾਨਕ ਦਿਲ ਵਿੱਚ ਵਸਦਾ, ਬਾਬਾ ਨਾਨਕ ਦਿਲ ਵਿੱਚ ਵਸਦਾ, ਜੱਤੋ ਪੈਰ ਸਰੂਰ ਜੋਗਿਆ। ਕਿਸੇ ਦਾ ਸਾਈਂ ਆ, ਕਿਸੇ ਦਾ ਸਾਈਂ ਹੈ, ਕਿਸੇ ਦਾ ਕਸੂਰ ਜੋਗਿਆ। ਕਿਸੇ ਦਾ ਸਾਈਂ ਵਸੇ ਨਕੋਦਰ, ਕਿਸੇ ਦਾ ਕਸੂਰ ਜੋਗਿਆ। ਬਾਬਿਓ ਸਿਆਣੇ ਬਣੋ, ਸਿਆਣੇ ਵੀ ਆਉਣ ਬਾਬੇ, ਉਹ ਲਾਈਨ 'ਚ ਮੱਥਾ ਟੇਕ ਲਓ। ਮੈਂ ਗੁਜ਼ਾਰਿਸ਼ ਕਰਦਾ ਕਿ ਦਾਤਾ ਜੀ ਨੂੰ ਬਾਬੇ ਉਹ ਸਟੇਜ 'ਤੇ ਲੈ ਆਓ, ਬੜੀ ਮਿਹਰਬਾਨੀ, ਗੱਦੀ ਉੱਪਰ ਲੈ ਆਓ, ਔਰ ਕੋਈ ਨਾ ਉੱਪਰ ਨਾ ਲਾਵੇ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਸਾਰੇ ਥੱਲੇ ਬਹਿ ਕੇ ਉਹਨਾਂ ਦੇ ਦਰਸ਼ਨ ਦੀਦਾਰਾਂ ਨੂੰ ਮਾਣੀਏ, ਪਲੀਜ਼ ਆ ਜਾਓ, ਉੱਪਰ ਲੈ ਕੇ ਆਓ, ਆ ਜਾਓ ਜੀ, ਆ ਜਾਓ, ਆ ਜਾਓ, ਬੜੀ ਮਿਹਰਬਾਨੀ। ਸਾਈਡ ਕਰ ਦਿਓ ਬਾਬਾ ਜੀ ਥੋੜ੍ਹਾ ਜਿਹਾ, ਕੋਈ ਨਹੀਂ ਮਨੀ, ਠੀਕ ਹੈ ਮਨੀ, ਥੋੜ੍ਹਾ ਢੋਲ ਇੱਥੇ ਨਹੀਂ ਹੋ ਸਕਦਾ, ਹਾਂ ਤੁਸੀਂ ਪਿੱਛੇ ਕਰ ਲਓ ਥੋੜ੍ਹਾ ਜਿਹਾ, ਬੜੀ ਮਿਹਰਬਾਨੀ। ਨਹੀਂ ਦਾਤਾ ਜੀ ਨੂੰ ਬੁਲਾ ਸਕਦੇ ਅਸੀਂ, ਬਾਕੀ ਨੂੰ ਤਾਂ ਚੜ੍ਹਨ ਨਹੀਂ ਦੇਣਾ ਬਾਬਾ ਜੀ, ਬੜੀ ਮਿਹਰਬਾਨੀ। ਕੋਈ ਕਿਉਂ ਬਾਪੂ ਮਰਾਸ਼ਾ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਹਾਂਜੀ, ਸਲਾਮ ਤੁਹਾਨੂੰ ਬਾਬਾ ਜੀ ਸਾਡੇ ਮੰਤਾਂ ਵੱਲੋਂ। ਹਾਂਜੀ, ਜਿੰਨੇ ਵੀ ਮੇਰੇ ਵੀਰ ਭਰਾ ਵਾ, ਦੇਖੋ ਇਹ ਫੱਕਰ ਫਕੀਰਾਂ ਦੀ ਨਗਰੀ ਆ, ਇਸ ਟਾਈਮ ਸਾਰਿਆਂ ਦੇ ਅੱਗੇ ਬੇਨਤੀ ਆ, ਸਾਰਿਆਂ ਨੇ ਬਾਬਾ ਜੀ ਦਾ ਦੀਦਾਰ ਕਰਨਾ ਔਰ ਦਰਸ਼ਨ ਕਰਨੇ ਨੇ। ਸਾਡੇ ਫੱਕਰ ਫਕੀਰ ਲੋਕ ਨੇ ਔਰ ਮਹੰਤ ਸੰਤ ਅਸੀਂ ਲੋਕ ਥੋੜ੍ਹਾ ਜਿਹਾ ਬਸ ਬਾਬਾ ਜੀ ਦਾ ਮਾਨ ਸਨਮਾਨ ਕਰਨ ਲਈ ਪਹੁੰਚੇ ਨੇ, ਸਿਰਫ ਸਾਨੂੰ 10 ਮਿੰਟ ਦੇ ਦਿਓ, ਬਾਕੀ ਬਾਬਾ ਜੀ ਤੁਹਾਡੇ, ਤੁਸੀਂ ਬਾਬਾ ਜੀ ਦੇ। ਹਾਂਜੀ, ਸਾਰਿਆਂ ਨੇ ਦੀਦਾਰ ਕਰਨਾ ਬਾਬਾ ਜੀ ਦਾ, ਸਿਰਫ ਸਾਡੇ ਮਹੰਤ ਲੋਕ ਨੇ। ਹਾਂਜੀ, ਸਿਰਫ ਸਾਡੇ ਮਹੰਤ ਲੋਕਾਂ ਨੂੰ ਜ਼ਰਾ ਫੱਕਰ ਫਕੀਰਾਂ ਦਾ ਜੋ ਮਾਨ ਸਨਮਾਨ ਹੈ ਉਹ ਕਰ ਲੈਂਦੋ, 10 ਮਿੰਟ ਦੇ ਦਿਓ ਸਾਨੂੰ। ਹਾਂਜੀ, ਮੰਗਤ ਜੀ, ਮੰਗਤ ਮੇਰਾ ਭਰਾ ਕਿਤੇ ਆਵਾਜ਼ ਸੁਣ ਰਿਹਾ ਹੋਵੇ ਤਾਂ 2 ਮਿੰਟ ਵਾਸਤੇ ਸਟੇਜ 'ਤੇ ਆ ਜਾਵੇ। ਹਾਂਜੀ ਮੰਗਤ, 2 ਮਿੰਟ ਵਾਸਤੇ ਸਾਡਾ ਭਰਾ ਆ ਜਾਓ ਬਾਬਾ ਜੀ ਦੇ ਕੋਲ ਆਓ, 2 ਮਿੰਟ। ਸਾਧ ਸੰਗਤ ਅੱਗੇ ਬੇਨਤੀ ਹੈ ਕਿ ਸਾਡੇ ਮਹੰਤ ਰਵੀਨਾ ਜੀ ਔਰ ਮੈਂ ਸੋਨਾਕਸ਼ੀ ਮਹਾਮੰਡਲੇਸ਼ਵਰ ਔਰ ਕਿਨਰ ਸਮਾਜ ਦੇ ਸਾਰੇ ਸਦੱਸਿਆ ਆਏ ਨੇ, ਇਸ ਕਰਕੇ ਤੁਹਾਨੂੰ 10 ਮਿੰਟ ਅਸੀਂ ਆਪਣੇ ਫੱਕਰ ਫਕੀਰ ਜੀ ਦਾ ਮਾਨ ਸਨਮਾਨ ਕਰਨਾ, ਇੱਕ ਸਾਡੀ ਪਗੜੀ ਦੀ ਰਸਮ ਆ ਉਹ ਕਰ ਲੈਂਦੋ, ਉਸ ਤੋਂ ਬਾਅਦ ਤੁਹਾਡੇ ਅੱਗੇ ਕਲਾਕਾਰ ਜਿਹੜੇ ਵੀ ਆਏ ਨੇ ਖੂਬ ਤੁਹਾਡਾ ਮਨ ਪਰਚਾਵਾ ਕਰਨਗੇ। ਹਾਂਜੀ,
इसे तरह ही बैठे रहो जी, सारे नूं बेनती है इसे तरह ही बैठे रहो। मेरिया भैणा पिछे खड़िया हुई ने, भैने बह जाओ, ये वीर भी बह जाओ, बेनती है जेडे साईं जी नूं प्यार करदे बह जाओ, ये मेरिया भैणा खड़िया हुई बह जाओ, तुसीं भी स्टेज भी खाली कर दो जी, थोड़ा बेनती है। एक बारी बापू के नाम से जोरदार तालियां ला दो, जिंदे रहो। कि ना ताजदारा दे ना अमीर दे, ना ताजदारा दे ना अमीर दे, दिवे बल दे सदा फकीर दे। जिथे फकर फकीर का कर्म होंदा है उत्थे ही मेले लगते ने, वरना मेला कोई लवा नहीं सकता। जोरदार तालियां। दत्ता सरकार जी चढ़दी कलां च रखे हर मैदान फतेह बख्शे। जी जी, जेड़ी रस्म चल रही है दाता सरकार दे पगड़ी बनी जा रही है, क्योंकि इन्हों का भी सरकारों तो घट रुतबा नहीं है। महंत जिहड़े हुंदे ने सरकारों तो घट नहीं हुंदे। हाँ जी हाँ जी, सरकार ने बापू जी, तो इन्हों के नाम से जोरदार तालियां ला दो एक बारी। सुभाव जी वही आवाज, साईं सुरेंद्र साईं जी दा मंगता नौकर चौकीदार, मेरी मुराद भाई काशी नाथ जी। साईं दा मंगता हां नहीं मरदा गैरां ते, सुरेंद्र शाह दा मंगता हां नहीं मरदा गैरां ते, बापू नूं मना लैणा वो सिर रख के पैरां ते, सुरेंद्र शाह दा मंगता हां किसे डब्बी विच तील होवे सोनिया, किसे डब्बी विच तील होवे मुकदमा किवें हार जे, ओ मुकदमा किवें हार जे, जिहदा दाता जी वकील होवे वे मेहरमा, जिहदा दाता जी वकील होवे। किसे कोली विच दही होवे वे सोनिया, किसे कोली विच दही होवे गल किदां झूठ हो जावे, गल किदां झूठ हो जावे, शिंदे शाह ने जो कही होवे वे मेहरमा, ओ मेरे साई ने जो कही होवे।
बड़ी मेहरबानी। और स्टेज पे होर ना किसी आन दो क्योंकि स्टेज कमजोर है बाबा जी, कि होर ना कम हो जाए, बड़ी मेहरबानी। याद रख ली किते जो कॉल करे, याद रख ली तेरे सिर ते बनी पग दाता जी लाज रख ली, तेरे सिर ते बनी पग दाता जी लाज रख ली, ओ लाज रख ली। कसम रब दी ना रह पावा, कसम रब दी, 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 रब दी, रब दी, रब दी, कसम रब दी, रब दी, रब दी, कसम रब दी, कसम रब दी। सुनो बाबा जी थोड़ी फरमाइश की गल सुनो मेरी, कसम रब दी, कसम रब दी, जिन्निया बनिया दुनिया ते गल्लां, दुनिया ते गल्लां, ओने दुनिया दे मूह, मैनू चक्करां दे विच कढ साईयां, रब होर कोई जा तू, मैनू चक्करां दे विच कढ साईयां, रब होर कोई जा तू। जिन्निया बनिया गल्लां दुनिया ते ओने लोकां दे मूह, जिन्निया बनिया गल्लां दुनिया ते ओने लोकां दे मूह, मैनू चक्करां दे विचों कढ साईयां, रब होर कोई जा तू, मैनू चक्करां दे विचों कढ साईयां, रब होर कोई जा तू, ओ मैनू चक्करां दे विचों कढ साईयां, रब होर कोई जा तू। कसम रब दी ना रह पा, तेरे चेहरे विचों पैंदा मैनू लाडी शाह दा भुलेखा, चेहरे विचों पैंदा मैनू लाडी शाह दा भुलेखा, तेरे चेहरे विचों पैंदा साईयां लाडी शाह दा भुलेखा। रंग तेरे विच रंगी गई मेरी सजना लूलू, रंग तेरे विच रंगी गई सजना मेरी लूलू, मैनू चक्करां दे विच कढ साईयां, रब होर कोई जा तू, मैनू चक्करां दे विच कढ साईयां, रब होर कोई जा तू। कसम रब दी, कसम रब दी, कसम रब दी ना रह पावा तेरे दीदार तों बिना, कसम रब दी ना रह पावा तेरे दीदार तों बिना, कसम रब दी ना रह पावा तेरे दीदार तों बिना। आ जाओ बाबा जी, बाजो दादा जी,
ਤੁਸੀਂ ਗੌਰ ਕਰਿਓ ਹੁਣ ਮੇਰੀ ਲੱਗ ਗਈ ਹੈ ਤੁਹਾਡੇ ਨਾਲ ਸਾਈਆਂ ਦੇ ਦਰਬਾਰ ਤੇ ਇੱਕ ਮਹੰਤ ਆਇਆ ਉਹਨੇ ਸਜਦਾ ਸਲਾਮ ਕੀਤਾ ਉਹਨਾਂ ਵਲੀਆਂ ਦੇ ਦਰਬਾਰ ਤੇ ਇੱਕ ਮਹੰਤ ਆਇਆ ਸਜਦਾ ਸਲਾਮ ਕੀਤਾ ਕਹਿੰਦੇ ਹਜ਼ੂਰ ਮੈਂ ਕੁਝ ਸੇਵਾ ਕਰਨੀ ਹੈ ਦਾਤਾ ਸਰਕਾਰ ਕਹਿੰਦੇ ਉਹ ਮੁਰਸ਼ਦ ਪੀਰ ਕਹਿੰਦੇ ਜਾ ਕਰ ਲੈ ਉਹਨੇ 12 ਸਾਲ ਝੜੂਵਰੀ ਦੀ ਸੇਵਾ ਕੀਤੀ ਦਰ ਦੇ ਉੱਪਰ 12 ਸਾਲ ਬਾਬਾ ਜੀ ਇੱਕ ਮਿੰਟ ਮੋਬਾਈਲ ਬੰਦ ਕਰ ਦੇ ਮੋਬਾਈਲ ਮੈਂ ਇੱਕ ਵਾਰੀ ਫਿਰ ਕਹਿ ਦਿਆਂ ਇਹ ਕਲਯੁਗ ਹੈ ਇਹ ਨਿਰਾ ਕਲਯੁਗ ਹੈ ਮੋਬਾਈਲ ਓਏ ਮੁਰਸ਼ਦ ਪੀਰ ਆ ਕੇ ਬੈਠਾ ਹੋਵੇ ਤੇ ਸਾਨੂੰ ਸੈਲਫੀਆਂ ਦੀ ਪਈ ਹੈ ਮੈਂ ਕਹਿੰਦਾ ਕਲਯੁਗ ਹੈ ਇਹ ਮੋਬਾਈਲ ਔਰ ਯਾਦ ਰੱਖਿਓ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦਾ ਹਾਲ ਹੋ ਗਿਆ ਨਾ ਬਾਬਿਓ ਇੱਕ ਦਿਨ ਨਸ਼ਾ ਛੜਾਊ ਕੇਂਦਰ ਦੀ ਜਗ੍ਹਾ ਮੋਬਾਈਲ ਛੜਾਊ ਕੇਂਦਰ ਖੋਲਣਗੇ ਯਾਦ ਰੱਖਿਓ ਮੋਬਾਈਲ ਛੜਾਊ ਕੇਂਦਰ ਇਹਨਾਂ ਨੂੰ ਅੰਦਰ ਰੱਖਣਾ ਪੈਣਾ ਸਵਾ ਸਵਾ ਮਹੀਨਾ ਫੋਨਾਂ ਤੋਂ ਦੂਰ ਫਿਰ ਰੋਇਆ ਕਰਨਗੇ ਸੁਣਿਓ ਉਹ ਮਹੰਤ ਸਜਦਾ ਸਲਾਮ ਕਰਕੇ ਕਹਿੰਦਾ ਹਜ਼ੂਰ ਮੈਂ ਕੁਝ ਸੇਵਾ ਕਰਨੀ ਹੈ ਮੁਰਸ਼ਦ ਕਾਮਲ ਕਹਿੰਦੇ ਜਾ ਕਰ ਲੈ 12 ਸਾਲ ਝੜੂਵਰੀ ਦੀ ਸੇਵਾ ਕੀਤੀ ਦਾਤਾ ਸਰਕਾਰ ਕਹਿੰਦੇ ਭਾਈ ਓਏ ਤੈਨੂੰ 12 ਸਾਲ ਹੋ ਗਿਆ ਹੁਣ ਤਾਂ ਕੁਝ ਮੰਗ ਲੈ ਉਹ ਕਹਿੰਦਾ ਜਨਾਬ ਮੰਗ ਲਾਂ ਕਹਿੰਦੇ ਮੰਗ ਲੈ ਕਹਿੰਦੇ ਤਿਆਰ ਹੋਏ ਹੋ ਕਹਿੰਦੇ ਹਾਂਜੀ ਕਹਿੰਦਾ ਮੈਂ ਕੁਝ ਹੋਰ ਸੇਵਾ ਕਰਨੀ ਹੈ ਮੁਰਸ਼ਦ ਕਾਮਲ ਕਹਿੰਦੇ ਜਾ ਕਰ ਲੈ 12 ਸਾਲ ਫਿਰ ਦਰ ਤੇ ਝਾੜੂ ਲਾਇਆ ਸੇਵਾ ਕੀਤੀ ਉਹ ਦਸਤਗੀਰ ਕਹਿਣ ਲੱਗਾ ਓਏ ਭਾਈ ਓਏ ਤੈਨੂੰ 24 ਸਾਲ ਹੋ ਗਏ ਹੁਣ ਤਾਂ ਕੁਝ ਮੰਗ ਲੈ ਕਹਿੰਦੇ ਸਰਕਾਰ ਅੱਜ 11ਵੀਂ ਦਾ ਦਿਨ ਹੈ ਮੇਰੇ ਤੇ ਮਿਹਰਬਾਨ ਹੋਇਓ ਮੰਗ ਲੈ ਕਹਿੰਦੇ ਮੰਗ ਲੈ ਕਹਿੰਦੇ ਜੇ ਮੇਰੇ ਤੇ ਮਿਹਰਬਾਨ ਹੋਵੇ ਉਹ ਤਾਂ ਮੈਨੂੰ ਇੱਕ ਲੜਕਾ ਪੈਦਾ ਹੋਵੇ ਇੱਕ ਮੈਨੂੰ ਲੜਕਾ ਪੈਦਾ ਹੋਵੇ ਪੀਰਾਂ ਦੇ ਪੀਰ ਦਸਤਗੀਰ ਕਹਿਣ ਲੱਗੇ ਕਿ ਨਾ ਔਰਤ ਨਾ ਮਰਦੇ ਨੇ ਮੰਗ ਲਿਆ ਕਿ ਮੈਨੂੰ ਲੜਕਾ ਪੈਦਾ ਹੋਵੇ ਤੁਹਾਨੂੰ ਵੇਖੇ ਜਦੋਂ ਤੁਹਾਨੂੰ ਦੇਖਿਆ ਉੱਪਰੋਂ ਹਾਸੇ ਦੀ ਆਵਾਜ਼ ਆਈ ਹੱਸਿਆ ਕੌਣ ਮੀਆਂ ਸ਼ਾਮਦਾਰ ਮੀਆਂ ਸ਼ਾਮਦਾਰ ਹੱਸੇ ਸਰਕਾਰ ਕਹਿਣ ਲੱਗੇ ਕਹਿੰਦੇ ਓਏ ਤੁਸੀਂ ਕਿਉਂ ਹੱਸੇ ਕਹਿੰਦੇ ਜਨਾਬ ਓਏ 12 ਸਾਲ ਦਰ ਤੇ ਝਾੜੂ ਲਵਾ ਕੇ 24 ਸਾਲ ਦਰ ਤੇ ਸੇਵਾ ਕਰਵਾ ਕੇ ਜੇ ਇਹਨਾਂ ਨੂੰ ਖਾਲੀ ਮੋੜ ਦਿੱਤਾ ਤੁਹਾਡਾ ਦਰਬਾਰ ਨਿੰਦਿਆ ਜਾਣਾ ਪੀਰਾਂ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਸਰਕਾਰ ਕਹਿਣ ਲੱਗੇ ਇਹ ਗੱਲ ਕਹਿੰਦੇ ਹਾਂਜੀ ਕਹਿੰਦੇ ਜਾ ਜੇ ਸਾਡੇ ਦਰਬਾਰ ਤੇ ਬਣ ਕੇ ਆ ਗਏ ਹੋ ਤੈਨੂੰ ਇੱਕ ਵਚਨ ਦਿੰਦੇ ਤੇਰੇ ਘਰ ਇੱਕ ਪੁੱਤਰ ਨੇ ਪੈਦਾ ਹੋਣਾ ਇਹਨਾਂ ਇਹਨਾਂ ਪੀਰਾਂ ਫਕੀਰਾਂ ਨੇ ਸੁਣਿਆ ਕਹਿੰਦੇ ਮਾਵਾਂ ਨੂੰ ਔਲਾਦ ਦਿੱਤੀ ਹੈ ਮੇਰੇ ਮੁਰਸ਼ਦ ਪੀਰ ਨੇ ਮਹੰਤਾਂ ਨੂੰ ਵੀ ਸੰਤਾਨ ਬਖਸ਼ ਦਿੱਤੀ ਬਾਬਿਓ ਕੀ ਹੋਇਆ ਉਹ ਮਹੰਤ ਕੀ ਕਹਿੰਦਾ ਭਾਵੇਂ ਸੱਚੀ ਸਰਵਰ ਭਾਵੇਂ ਸੱਚੀ ਸਰਵਰ ਤੇ ਪੀਰਾ ਕਹਿਣ ਭਾਵੇਂ ਸੁਲਤਾਨ ਤੈਨੂੰ ਅੱਜ ਜੋ ਮੈਨੂੰ ਲਾਲ ਬਖਸ਼ਿਆ ਲਾਲਾਂ ਵਾਲਾ ਕਹੂੰਗਾ ਜਹਾਨ ਤੈਨੂੰ ਕਸਮ ਰੱਬ ਦੀ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਆਜਾ ਪਿਆਰ ਨਾਲ ਪਿਆਰ ਨਾਲ ਭੱਜੀ ਫਿਰਦੀ ਉਹ ਭੱਜੀ ਫਿਰਦੀ ਭੱਜੀ ਫਿਰਦੀ ਮਾਇਆ ਪਿੱਛੇ ਦੁਨੀਆ ਬਾਬੇ ਬਹਿ ਜਾਓ ਪਲੀਜ਼ ਕਿਸੇ ਨੂੰ ਨਾ ਆਣ ਦਿਓ ਬੜੀ ਮਿਹਰਬਾਨੀ ਸਮਾਂ ਪਹਿਲੀ ਬਹੁਤ ਘੱਟ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਭੱਜੀ ਫਿਰਦੀ ਮਾਇਆ ਪਿੱਛੇ ਦੁਨੀਆ ਫਕੀਰ ਰੱਬ ਪਿੱਛੇ ਦੌੜਦੇ ਭੱਜੀ ਫਿਰਦੀ ਮਾਇਆ ਪਿੱਛੇ ਦੁਨੀਆ ਫਕੀਰ ਰੱਬ ਪਿੱਛੇ ਦੌੜਦੇ ਭੱਜੀ ਫਿਰਦੀ ਰਾਤੋਂ ਕੋਈ ਉੱਠ ਉੱਠ ਕਰ ਜਿਨਕੇ ਲਈ ਰੋਤੇ ਹੈ ਰਾਤੋਂ ਕੋਈ ਉੱਠ ਉੱਠ ਕਰ ਜਿਨਕੇ ਲਈ ਰੋਤੇ ਹੈ ਵੋ ਆਪਣੇ ਮਕਾਨੋ ਮੇ ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ ਹੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ ਕਿਸ ਬਾਤ ਕਾ ਰੋਣਾ ਹੈ ਕਿਸ ਬਾਤ ਪੇ ਰੋਤੇ ਹੈ ਕਿਸ ਬਾਤ ਕਾ ਰੋਣਾ ਹੈ ਕਿਸ ਬਾਤ ਪੇ ਰੋਤੇ ਹੈ ਕਸ਼ਤੀ ਕੇ ਮੁਹਾਫਜ਼ ਹੀ
कश्ती के मुहाफज ही, एक मिनट सुनियो, वो कश्ती के मुहाफज कौन ने पता है? माइंड ना करियो असी रबी रू घर दे विच आई होवे ते असी रौलियां च टाइम लगा लईए गल बनदी नहीं। कश्ती के मुहाफज ही कश्ती को डुबोते हैं, कश्ती के मुहाफज ही कश्ती को डुबोते हैं, कश्ती के मुहाफज ही कश्ती को डुबोते हैं। आजो 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 आजा माता आजा साईं जी बाबा जी आओ जी तन पाए जो एक बारी माई दे ना तो ताड़ी लो, ये भी फकीरा दा एक रूप है। ये आए हैं निकी जी हैं दाता सरकार वालों, माता जी बह जाओ कोई गल नहीं, ये तो अड़ा ही है, असी तो खड़ के गालांगे पीछे हो गए। इश्क इश्क ना करनी जिंदड़ी है, इश्क दी मंजिल दूर है, इश्क दी मंजिल दूर है, इश्क दी मंजिल दूर है। चढ़ जावे चूपे प्रेम रस्ते, टिक पवे चकना चूर है, टिक पवे चकना चूर है, टिक पवे चकना चूर है। बह जाओ बाबा जी। कुछ लोग जमाने में सूरज को पकड़ते हैं, कुछ लोग जमाने में सूरज को पकड़ते हैं, कुछ लोग जमाने में सूरज को पकड़ते हैं, कुछ लोग जमाने में सूरज को पकड़ते हैं। हंसते हैं तो हंसते हैं, हंसते हैं तो हंसते हैं, रोते हैं तो रोते हैं, हंसते हैं तो हंसते हैं, रोते हैं तो रोते हैं, हंसते हैं तो हंसते हैं, रोते हैं तो रोते हैं। मिट्टी चुम के मथे दे नाल लावा जितो लंघदे फकीर मेरे साईं वे, मिट्टी चुम के मथे दे नाल लावा बाबे ओ पैंजी पैंजी भाई जी ऐ करो दाता सरकार कहंदे तुसी फिर खड़े रहो ते मैं चलिया, क्यों रंग च पंग पाउंदे बाबे जी? बह जाओ, बड़ी मेहरबानी, बह जाओ बह जाओ बाबे, बह जाओ। मैं तुहानू फिर कह रहा अज तीन जगह प्रोग्राम है, फिर प्रोग्राम वाले वो भी डीक रहे हैं, जे आए है कोई घंटा खंड बह लैन दिओ, बह जाओ। हाँ जी बह जाओ बाबा जी, वीर जी बह जाओ बाबा जी। आओ, क्या बात है, ठीक हो? शुक्रिया बाबे, बह जाओ। गरीब नू भी पैसे दिते, सुन लो। हेलो, हाँ जी, साध संगत अगे बेनती है कि एडे एडे सोने मेरे वीर अपने मुर्शद का दीदार करने वास्ते आए ने, अगर तुसी इन्हां दी रिस्पैक्ट इज्जत करदे हो प्लीज बह जाओ मेरा वीर बन के। हाँ जी, आ जिहड़े इत्थे मेरे वीर देखो, समय की नजाकत नू समझते हुए बहस ना करो, 10 मिनट वास्ते अपने मुर्शद जेड़े भी दीदार और दर्शन करने लिए आए ने आराम ना बैठ जाओ। ये दीदार देखो हर रोज नहीं होने, ये मेरे वीर जी साढ़े मुर्शद जी साढ़े बाबा जी फकर फकीर इंसान, ये कभी दिल्ली ते कभी कनेडा होंदे ने, बड़ा मुश्किल है इन्हों का दीदार करना। प्लीज हाथ जोड़कर मेरे भरावां दे अगे बेनती है कि बहस नहीं करनी, बैठना है तुसी। प्लीज स्टेज ते भी जिन्ने लोग खड़े ने प्लीज 5 मिनट लई बैठ जाओ, 5 मिनट लई बैठ जाओ स्टेज ते भी जिन्ने लोग खड़े ने।
असल मनता दी एक फरियाद है, बैठ जाओ मेरा वीर। हाँ जी बस पांच मिनट का सी साढ़े को समा, असि जा रहे हैं, बस पांच मिनट और। बाबा जी मैं हाथ जोड़ के बेनती कहना, जेड़ा इन्हां पाक पवित्र महंता तो अलावा जेड़े खड़े है वो दस पंद्रह मिनट लिए थले हो जाओ, बड़ी मेहरबानी। स्टेज हिल रही है, मैनू इंज लगता कि स्टेज ना गिर जाए, ये इन्नी मजबूत नहीं हैगी, प्लीज हाथ जोड़ के बेनती है। साकी तेरे दर दे उते आए मस्त दीवाने, दर दे उते अज आए मस्त दीवाने, नजरा नाल पिला दे सानू अज खो उसने दे मैं खाने, पिला दे सानू अज खोल दे, हुण प्याला रख दे एक पासे, हुण प्याला रख दे एक पासे, अज प्याला रख दे एक पासे, हुण नजरा नाल पिला सकी, हुण प्याला रख दे एक पासे, हुण प्याला रख दे एक पासे, अज नजरा नाल पिला सकी, ओए हुण प्याला रख दे एक पासे, हुण प्याला रख दे एक पासे, अज नजरा नाल पिला सकी, ओए हुण प्याला रख दे एक पासे, अज नजरा नाल पिला, हुण प्याला रख दे एक पासे, रख दे अज नजरा नाल पिला साखी, ओ साडा रोज दा पीना मुक जावे, ओ साडा रोज दा पीना, ओ साडा रोज दा पीना मुक जावे, ओ साडा रोज दा पीना, कोई ऐसा नशा चढ़ा सकी, ओ साडा रोज दा पीन मुक जावे, ओ साडा रोज दा पीना मुक जावे, कोई ऐसा नशा चढ़ा सकी, ओ साडा रोज दा पीना मुक जावे, कोई ऐसा नशा चढ़ा सकी, ओ साडा रोज दा पीना, कोई ऐसा नशा चढ़ा साडा रोज दा पीना मुक जावे, साडा रोज दा पीना मुक जावे, कोई ऐसा नशा चढ़ा सकी, अज प्याला रख दे एक पासे, हुण प्याला रख दे एक पासे, अज नजरा नाल पिला सकी, ओए हुण प्याला रख दे एक पासे, हुण प्याला रख दे एक पासे, अज नजरा नाल पिला, ओ हुण प्याला, मैं ते वो कोई नशा नहीं है इस शराब अंदर, कोई नशा नहीं है इस शराब अंदर, कोई हुस्न दा ऐसा जाम पिला, वो साडा रोज दा पीना मुक जावे, वो साडा रोज दा पीना, कोई ऐसा नशा चढ़ा सकी, ओ साडा रोज दा पीना मुक जावे, ओ साडा रोज दा पीना मुक जावे, कोई ऐसा नशा चढ़ा, ओ साडा रोज दा पीना मुक जावे, ऐसा नशा चढ़ा सकी, ओ साडा रोज दा पीना, ऐसा नशा, जे तू रब नू मनाउणा पहले यार नू मना, जे तू रब नू मनाउणा पहले, जे तू रब नू मनाउणा पहले यार नू मना, जे तू रब नू मनाउणा पहले नू, रब मन जांदा यार नू मनाउणा आखे, रब नू मनाउणा पहले यार नू मन, जे तू रब नू मनाउणा पहले यार नू मन, रब मन जांदा यार नू मनाउणा आखे, रब नू मनाउणा पहले, जे तू रब नू मनाउणा पहले, जे तू रब नू मनाउणा पहले यार नू मना, जे तू बाबेओ दाता सरकार दे हाथ विच की है, इनू की बोलते हैं, बाटी
तेनू बाटा कह सकते हैं। एक बार सारे चो कोई खड़ा होके मैं ये दसे कि फकीर लोग बाटे च चाह क्यों पीते हैं। तुसी इस दुनिया के जिन्हें भी पीर फकीर दुनिया से आए हैं, बापू अरमस्त बापू लाल बादशाह सरकार बाटे च चाह पीते, बापू मुराद शाह सरकार बाटे च चाह पीते, बापू गुलाम साई लाठी शाह सरकार बाटे च चाह पीते, साई विक्की शाह जी बाटे च चाह पीते हैं, जिन्हें भी पीर फकीर और बापू गुलाम साई सुरेंद्र शाह सरकार सची सरकार बाकरपुर वाले बाटे च चाह क्यों पीते हैं पता कोई? जे नहीं पता तो फिर दसिए एक बार ताड़ी लाओ सरकार के नाते जोरदार। बाबे ये ओदे घर दे दरवेश ने, तुसी इह पली पाती जानदे हो कि दरवेश वफादारी निभाउंदा है, ये वफादार ने ओदे साढ़े कोलों नहीं पुगदी बाबे हो, साढ़े कोलों नहीं, असी माड़े लोग हाँ, ये वफादार ने ओदे ओदे घर दे नौकर है गुलाम ने, ते दरवेशां नूं असी घर च भी दरवेश रखदे, उन्हां चों बाटे च पाए जांदे, दरवेश ने ओदे घर दे, ते जिहड़ी गल फिर कह देना फिर मुड़दी नहीं, वह लोहे ते लकीर है जिहड़ी कहती ते मुड़दी नहीं, तां ही ओदे दरबार तों फिर खालियां झोलियां भर के मुड़दे हो। जोरदार ताड़ी लाओ मेरे दाता सरकार दे नां तों। जे तू रब नूं मनाउणा पहले यार नूं मना, रब मन जांदा यार नूं मनाउणा औखा, यार नूं मन बने कुंगरू ते बुले वांगू गुरू तू बा, बने कुंगरू ते बुले वांगू भंगड़े तू बा, रब मन जांदा यार नूं मनाउणा औखा, रब नूं मनाउणा पहले यार, जे तू रब नूं मनाउणा पहले, जे तू रब नूं मनाउणा पहले, जे तू रब नूं मनाउणा पहले, रब नूं मनाउणा मुश्किल नहीं तो नफल पड़े, रब मन जांदा रब नूं मनाउणा मुश्किल नहीं तो नफल पड़े। गल याद रखियो बाबे, तुसी रब नूं तो मना सकदे हो, जे कि खसम रुस गया ना तो फिर वह जमाना भी चला गया जिहड़े पैरां च घुंगरू पा के मना लैंदे सी, इत्थे तो फिर दुनिया तो जाके इस दुनिया तो मुक्ति पा के इहनूं मनाया जाणा बाबा जी, ते ऐसी कोई नौबत ना आवे कि असी अपने यार नूं अपने खसम नूं रसा लईए। ईमान दे पक्के हो जाओ, सौ गल्लां सुन के ओदे ते पहले अमल करो, केड़ी गल मनन वाली केड़ी नहीं। साडे दाता सरकार बारे सानू लखां लोग पता नहीं की कहिंदे आ, असी इक्को ही गल कहिंदे आ, रब नूं मनाउणा मुश्किल नहीं तो नफल पड़े, रब मन जांदा रब नूं मनाउणा मुश्किल नहीं तो, रब नूं मनाउणा मुश्किल नहीं तो नफल पड़े, रब मन जांदा रब नूं मनाउणा मुश्किल नहीं, भावें रो रो के भावें हस हस के पहले यार नूं मना, जे तू रब नूं मनाउणा पहले, रब नूं मनाउणा पहले यार नूं मना, जे तू रब नूं ओ पहले यार नूं मना, जे तू रब नूं मनाउणा पहले, रब नूं मनाउणा पहले, जे तू रब नूं मनाउणा पहले यार नूं मना, जे तू रब नूं मनाउणा पहले यार नूं मना, रब मन जांदा यार नूं मनाउणा औखा, जे तू रब नूं मनाउणा पहले यार नूं मना, रब मन जांदा यार नूं मनाउणा औखा, रब नूं मनाउणा। फैजे आलम दाता ओ फैजे आलम दाता उच्ची शान वालिया तेरा बूहा नहीं छड़ना, फैजे आलम दाता उच्ची शान वालिया तेरा बूहा नहीं छड़ना, फैजे आलम दाता उच्ची शान वालिया, फैजे आलम दाता उच्ची शान वालिया तेरा, ओ फैजे आलम दाता उच्ची शान वालिया। जेड़े बाकरपुर दरबारा नूं प्यार करदे इक वारी ताड़ी लो बाबा जी। सत श्रीकाल भैन जी, जिन्हें भी दरबार नूं इश्क करदे मुहब्बत करदे दाता जी नूं प्यार करदे है, दाता सरकार वल्लों निक्की जी आया, आओ सारे रल के तुसी की कहना है, सानूं लोग जो मर्जी कहन। फैजे आलम दाता उच्ची शान वालिया तेरा बूहा नहीं छड़ना, फैजे आलम दाता उच्ची शान वालिया तेरा बूहा नहीं छड़ना, फैजे आलम दाता उच्ची शान वालिया तेरा बूहा नहीं छड़ना, फैजे आलम दाता तेरा, रब मनता है हर गल तेरी, रब मनता है हर गल तेरी, बैजे आलम दाता अली हज मेरी, सारे आशिका ने ओ सारे आशिका ने, सारे आशिका ने, सारे आशिका ने ओ सारे आशिका ने, सारे आशिका ने, ताड़ी ए सारे आशिका ने
तेरे आशिका ने, तेरे आशिका ने फैसला मुका लिया, तेरे आशिका ने फैसला मुका लिया, तेरा बुहा नहीं छड़ना फे आलम दाता उच्ची शान वाले, तेरा बुहा नहीं छड़ना फे जे आलम दाता उच्ची शान वाले, वो फे जे आलम दाता उच्ची शान वाले, वो फे जे आलम दाता उच्ची शान वाले, फैजा आलम दाता उच्ची शान वाले, फैजा आलम दाता। मैं इश्क कमाया लोग जे इश्क करना गुनाह ते मैनू मार दियो, मैं इश्क कमाया लोग जे इश्क कमाना गुनाह ते मैनू मार दियो, जे अज होए मेहरबान मेरे ते एक नजर करम दी करके मैनू उतार दियो, उच्ची शान वाले, तेरा बुहा नहीं छड़ना फैज आलम दाता उच्ची शान वाले, फैज आलम दाता उच्ची शान वाले, तेरा बुहा नहीं छड़ना फैज आलम दाता उच्ची शान वाले, फैज आलम दाता उच्ची शान वाले। नची बाबा नची पीरा मैं तेरा नाम लेके, नची बाबा नची पीरा मैं तेरा नाम लेके, नची बाबा नची पीरा मैं तेरा नाम लेके, आओ नची बाबा नची साइया मैं तेरा नाम लेके, नची साइया नची पीरा मैं। तुम ते बकरपुर दी दुनिया दे विच मची, तुम ते बकरपुर शहर दी दुनिया दे विच मची, तू भी नेड़े रब भी नेड़े एक गल साइया सची, तू भी नेड़े रब भी नेड़े एक गल साइया सची, दर ते जो कोई मंगने आई भावे बच्चा दे जा बच्ची पीरा मैं तेरा नाम लेके, नची बाबा नची पीरा मैं तेरा नाम लेके, नची बाबा नची पीरा मैं तेरा नाम लेके, नची बाबा नची साइया मैं तेरा नाम लेके, नची बाबा नची पीरा मैं तेरा, और नची साइया नची पीरा मैं तेरा, और नची पीरा नची पीरा मैं तेरा, और नची साइया नची पीरा मैं तेरा नाम लेके। ओ जीवे दाता पीर सोना जीवे जीवे पीर सोना जीवे जी, ओ जीवे दाता पीर सोना कोई रक्षा रा देवे, कोई रक्षा रा देवे, मैं जिंदी ओदे नामे लामा जेड़ा दाता नू मिला देवे, मैं जिंदी ओदे नामे लामा जेड़ा दाता नू मिला देवे, मैं जिंदी ओदे नामे लामा जेड़ा दाता नू मिला देवे। बाबा जी तुहानू तुहानू अपना पीर मुर्शद सामने नजर आ रहा ना, तुहानू अपना पीर मुर्शद सामने नजर आ रहा है, मेरे साईं जी दे जेड़े मुर्शद सीगे कोई मिला सकदा उन्हां नू, असीं जिंद उहदे नामे ला देंगे जेड़े दाता जी दे गुरु नू मिला देवे, और रूहां नू दोबारा इस दुनिया ते कोई मिला सकदा उहदी याद दे विच गल कहण लगा। ओ जीवे दाता पीर सोना जीवे 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 जीवे, ओ जीवे दाता पीर सोना कोई रक्षा रा देवे, जीवे दाता पीर सोना मैं जिंदी ओदे नामे नामा जेड़ा दाता नू मिला देवे, मैं जिंदी ओदे नामे नामा जेड़ा दाता नू मिला देवे, मैं जिंदी ओदे नामे नामा जेड़ा साईं नू मिला देवे।
जीवे दाता पीर सोना जीवे 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 दाता जीवे जीवे ओ जीवे दाता पीर सोना कोई रक्षा रा देवे जीवे दाता पीर सोना कोई मैं जिंदे ओ दे नामे नामा जेड़ा दाता नू मिला देवे मैं जिंदे ओ दे नामे नामा जेड़ा मैं जिंदे ओ दे नामे नामा जेड़ा दाता नू मिला ओ जीवे दाता पीर सोना कोई वक्ती न रोवे जीवे दाता पीर सोना कोई वक्ती न रोवे ओ शिंदे दे आशकां दा शिंदे दे आशकां दा भेजो दी तुसी फिर माहौल खराब करते पेंजी भेजो पेंजी भेजो प्लीज भेजो 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 प्लीज भेजो प्लीज पेंजी भेजो ना माहौल खराब करो सहने हो तुसी प्लीज 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 भेजो जी जेडे बापू नु प्यार करदे ने भेजो जीवे दाता पीर सोना कोई वक्ती न रोवे ओ शिंदे दे आशकां दा कोई वखरा ही शहर होवे ओ शिंदे दे आशकां दा कोई वखरा ही शहर होवे ओ शिंदे दे आशकां दा कोई वखरा ही शहर ओ शिंदे दे आशकां दा कोई वखरा जरूर जरूर पैरी भी बनाओ भाजी बापू सानू रोटी पाई है सानू भाई बैजो सरदार साहब बैजो प्लीज बैजो भाई कहो इन्हें सूरज कहो जिन्ना इश्क खुदा दे नाल किता ओ डुबदे नहीं ओ तर गए ने ओ जिन्ना ते मेहरबान शिंदे शाह होया ओ जिउंदे ने ना मरदे ने इन्ना आशकां ने इन्ना आशकां दुनिया तो की लेना वे ए आशक राजी यार नू कर गए ने कर गए ने ए आशक राजी यार नू कर गए ने कर गए ने माए नी माए मेनू प्यार हो गया 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 प्यार कादा नी माए प्यार कादा नी माए अर्शो पार हो गया भाई अगे हो जाओ प्लीज प्लीज अगे हो जाओ थोड़े हो गया जी बैजो बाबा जी सेवेदारो तुसी नहीं मानते पे फिर पिछले ने खड़ा होना ही होना है हाय हाय रुसन नहीं देंदे यार अपने नू नच नच के मनावांगे नच नच के मनावांगे रुसन नहीं देंदे यार अपने नू नच नच के मनावांगे नच नच के मनावांगे दुनिया च जिथे मर्जी रहिए चेले शिंदे दे अखवावांगे दुनिया च जिथे मर्जी रहिए चेले शिंदे दे अखवावांगे माए नी माए मेनू प्यार हो गया माए नी माए मेनू प्यार हो गया माए नी माए मेनू प्यार हो गया माए नी माए मेनू माए नी माए मेनू प्यार माए मेनू प्यार हो गया माए नी माए मेनू प्यार हो गया माए नी माए मेनू ओ प्यार का दानी माए प्यार का दानी माए अर्शो पार हो गया माए नी माए मेनू माए नी माए मेनू प्यार हो गया माए नी माए मेनू प्यार हो गया माए नी माए मेनू प्यार हो गया
जिन्ना भी सुनिया मैं ते बारे चंगा लोक ने कहंदे जिन्ना भी सुनिया चंगा लोक ने कहंदे ओ लभदे फिरदे बार जिन्ना नू विच दिलां दे रहंदे विच दिलां दे रहंदे ओ विच दिलां दे रहंदे लभदे फिरदे बार जिन्ना नू विच दिलां दे रहंदे विच दिलां दे सुपने दे विच आया रांझा सुपने दे विच आया रांझा ते पक्का इकरार हो गया माए नी माए मैनू माए नी माए मैनू प्यार हो गया माए नी माए मैनू प्यार हो गया माए नी माए मैनू प्यार हो गया मां कहती नहीं हीरे जेकर तेन कितने भुल भुलेखे मिल गया तो पछाण कि करेंगी हीर मां की कहती सुन के जरा चादरा बड़ा फपदा सी मोटे उते लोई काली ते कोई सच्चा याशक कोई सच्चा याशक कोई सच्चा याशक कोई सच्चा याशक प्यार हो गया माए नी माए मैनू प्यार हो गया माए नी माए मैनू प्यार हो गया किसे दा साई बसे नकोदर किसे दा कसूर जोगिया किसे दा साई बसे नकोदर किसे दा कसूर जोगिया ओ किसे दा साई बसे नकोदर किसे दा कसूर जोगिया किसे दा साई बसे नकोदर किसे दा कसूर जोगिया साडा साई बकरपुर रहंदा किसे दा बसदा दूर जोगिया साडा साई बाकरपुर रहंदा किसे दा बसे दूर जोगिया ओ बाबा नानक दिल विच वसदा बाबा नानक दिल विच वसदा जत्तो पैर सरूर जोगिया किसे दा साई बसे दा कसूर जोगिया ओ किसे दा साई बसे नकोदर किसे दा कसूर जोगिया दुनिया का एक सच जेब खाली मैं तुहानू एक गल कह दिया मैनू नहीं पता एक कुर्ता मेरे दाता सरकार नू किन दिता है पर फकीर की पहचान याद रखियो कोई मेरे वर्गा ना भुलिया लोग तो ऐसा काम कर सकता है पर फकीर अपने कदे इत्थे जेब नहीं लवाउंदे फकीर कदे इत्थे जेब नहीं लवाउंदा क्यों क्योंकि माया नाल प्यार नहीं संगत नाल प्यार है फकीरां दा रुतबा यह होंदा इत्थे दुनिया दे वड्डे 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 ओ की लैण आउंदे सुन के जरा
ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ 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 ਉਹ ਜ਼ਿੰਦਗੀ ਤੋਂ ਤਰ ਜਾਵੇ ਜ਼ਿੰਦਗੀ ਤੋਂ ਤਰ ਜਾਵੇ ਮੇਰਾ ਯਾਰ ਜਿਸ ਨੂੰ ਨਾ ਵਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ पहले भी दस के हट रहे हैं लोग मैनु पता की कहते हैं कहते की तमाशा बना रखे सिर दे पग बन लेने तो बह जाना है मैनु मेरे पिंड दे भी कहते हैं ये सुनते होंगे इस लाइव राही पर उन्होंने की दसीए ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू और रब भी गलिया दी टाल नहीं सकदा रब भी गलिया दी टाल नहीं सकदा जिते खिचदी लकीर ऐसा मिलिया ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू ऐसा मिलिया फकीर हो हर वेले गल करदा बाबे नानक ते मर्दाने दी मर्दाने दी बाबे नानक ते ओ कदे गल करदा दसम पिता दी कदे ओ कुल जमाने दी कदे ओ कुल जमाने दी ओ कदे ओ कुल जमाने दी कदे गल करदे दसम पिता दी कदे ओ कुल जमाने दी कदे ओ कुल जमाने दी ओ कदे ओ कुल ए भी ओने दसिया नी माए ਇਹ ਵੀ ਉਹਨੇ ਦੱਸਿਆ ਬਾਬੇ ਨਾਨਕ ਤੋਂ ਵੱਡਾ ਦੀ ਪੀਰ ਐਸਾ ਮਿਲਿਆ ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ ਐਸਾ ਮਿਲਿਆ ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ ਐਸਾ ਮਿਲਿਆ ਫਕੀਰ ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ ਐਸਾ ਮਿਲਿਆ ਫਕੀਰ ਹੋ ਸਾਈਆਂ ਤੇ ਵੀ ਜਾਂਦੇ ਆ ਅਸੀਂ ਮਾਈਆਂ ਤੇ ਵੀ ਜਾਂਦੇ ਆ ਸਾਈਆਂ ਤੇ ਵੀ ਜਾਂਦੇ ਆ ਅਸੀਂ ਮਾਈਆਂ ਤੇ ਵੀ ਜਾਂਦੇ ਆ ਅਸੀਂ ਨਾਈਆਂ ਤੇ ਵੀ ਜਾਂਦੇ ਆ ਤੇ ਇੱਕ ਸਾਈਆਂ ਤੇ ਵੀ ਜਾਂਦੇ ਆ ਅਸੀਂ ਨਾਈਆਂ ਤੇ ਵੀ ਜਾਂਦੇ ਆ ਤੇ ਇੱਕ ਸਾਈਆਂ ਤੇ ਵੀ ਜਾਂਦੇ ਆ ਸਰਦਾਰਾਂ ਤੇ ਵੀ ਜਾਂਦੇ ਆ ਸਰਦਾਰਾਂ ਤੇ ਵੀ ਜਾਂਦੇ ਆ ਇਹ ਪਰਿਵਾਰਾਂ ਤੇ ਵੀ ਜਾਂਦੇ ਆ ਪਰਿਵਾਰਾਂ ਤੇ ਵੀ ਜਾਂਦੇ ਆ ਪਰਿਵਾਰਾਂ ਤੇ ਵੀ ਜਾਂਦੇ ਆ ਲੋਕੀ ਕਹਿੰਦੇ ਠੱਗੀ ਆ ਜੇ ਲੋਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿਣ ਦੇ ਜਿੱਥੇ ਸਾਡੀ ਲੱਗੀ ਆ ਲੱਗੀ ਰਹਿਣ ਦੇ ਉਹ ਜਿੱਥੇ ਸਾਡੀ ਲੱਗੀ ਆ ਤੇ ਲੱਗੀ ਰਹਿਣ ਦੇ ਜੇ ਤੇਰਾ ਦੁਣਾ ਛੱਪੀ ਹੈ ਤੇਰਾ ਦੁਣਾ ਛੱਪੀ ਹੈ ਤੇ ਛੱਪੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ
बाबा जी वाहगुरु जी आप जी स्टेज ते विराजमान एक गल कहन लगा मेरे दाता सरकार मैनू लगता तुसी पहली बार मिले होंगे यो पीरो मुर्शद ने जिन्हां दी उस वाहगुरु ने ड्यूटी लाई हुई है तुसी सारे पली पांती जानते हो कि बाकरपुर दरबार का अज रुतबा अरशां च क्यों है पता है उहदा कारण की है उहदा इक्को ही कारण है उहने अपने आप नूं नहीं मत्था टकाया उहने अपने आप नूं मत्था नहीं टकाया उहने जिहदे सिर ते पग देखी है उहनूं कह दित्ता कहिंदे ओए भाई जाके श्री गुरु ग्रंथ साहिब महाराज अग्गे सीस झुका लै तेरा पार उतारा हो जाऊगा साडे कोल की देखदा है जे कोई गीता नूं मन्नण वाला है वो पाक पवित्र ग्रंथ नूं जाके उहनूं कहा भाई अपने उन्हां गुरुआं पीरां दे लड़ लग जा साडे कोल की है जे कोई मुसलमान भरा आया जाके कुरान पाक नूं जुड़ जा साडे कोल की है इस करके इस दरबार का रुतबा हमेशा उच्चा रहूगा आओ पहली पातशाही धन गुरु नानक पातशाह जी की गल करने का सुनो जरा तुहानूं देख के याद आ गया जिन्हां ने लंगर छके एक बारी ताड़ी मारो खिंच के ये भी रुपये ने बाबे ते सौ का नोट है उन्हें भी दे विच और सौ दे विच फर्क देखो फर्क की है भैन जी दूरों मत्था टेको जी पैरी हाथ नहीं लाने हुण सुनियो ये भी और सौ दे विच फर्क की है कहिंदे एक मुसलमान भरा पूरी दुनिया की सैर करके वापसी घर आया तो मां नूं पुछण लगा कहिंदे अम्मी जान ये जिहड़े सरदार लोग ने इन्ना पैसा कित्थों लैके आउंदे आ कि गुरु घरां दे विच लंगर चली जांदा तो लोग छकी जांदा छकी जांदे आ अम्मी जान हस के जवाब दिंदी है पुत्तर इन्हां दा एक बजुर्ग सी बाबा नानक जिहड़ा 20 रुपए की एफ डी करा के गया हले तक सिखां नूं ब्याज नहीं मुक्या मूल बैंकां च एवीं जमा पिया एक वारी ताड़ी लाओ सत श्री अकाल हुण जदों श्री मेहता कालू जी ने धन गुरु नानक पातशाह जी नूं घरों भेजिया होगा तां की क्या होगा सुन के जरा आ लै 20 रुपये ते जा नानक आ लै 20 रुपये ते जा नानक किसे किस्म दा बणज व्यापार करके आवी पहले पूरी दुनिया ली नफा ते जो बचया सो खावी वावे दुनिया तारन वाले सोचा नू सवारन वाले वावे दुनिया तारन वाले सोचा नू सवारन वाले वावे दुनिया तारन वाले सोचा नू सवारन वाले वावे दुनिया तारन वाले सोचा नू पर अजे समझ ना आईया अजे समझ ना आईया कुछ तेरी गल्ला कहिया दी मुके ना सानू ब्याज नानका तेरे भी रुपया दी आ मुके ना सानू ब्याज नानका तेरे भी रुपया दी आ मुके ना सानू ब्याज नानका तेरे भी रुपया दी ओ एक गल्ला मेरे दाता सरकार ने मैनू दसियां बाबेओ क्योंकि हर वेले उन्हां गुरुआं पीरां दी उन्हां सिंघां शहीदां दी अदब विच जिहड़े रहिंदे आ हुण सुणिओ इह सौ दा नोट हुण की चीज़ है पहले 20 सीगे वाह वे दुनिया ते आ मालका तू 20 दा लंगर लाया किन्नी दुनिया नू दाता तू पंगत विच खवाया पंगत विच खवाया पंगत विच खवाया ओ पंगत विच खवाया तू ते पंगत विच खवाया जे पुल पलेखे सौ दा लंगर ला दिंदा शुक्र है पहली पातशाही धन धन श्री गुरु नानक देव जी महाराज ਉਹਨਾਂ ਦੇ ਕਿਤੇ ਗਿੱਜੀ ਚੋਂ ਇਹ 20 ਰੁਪਏ ਨਿਕਲ ਆਏ ਸੀਗੇ
ते जे बाबे ओ 100 दा नोट होंदा ते की हो जाना सी सुनियो जरा वाह वे दुनिया ते मालिका तू भी दा लंगर लाया किन्नी दुनिया नु दाता तू पंगत विच खवाया पंगत विच खवाया तू ते पंगत विच खवाया जे फुल पलेखे 100 दा लंगर ला दिंदा फुल पलेखे 100 दा लंगर ला दिंदा की हो जाना सी पुल पलेखे 100 दा लंगर ला दिंदा ए सारी दुनिया दाता वेली बठा दिंदा फिर काम करन दी लोड़ नहीं सी फिर बाबे नानक दी चक्की आपे चलिया कर दी आपे पीसिया कर दी आपे खाया कर दी एक एक कलम तेरे हक विच सी भाई प्लीज तका ना मारो ए भी ओदे दाता दे मुरीद ने प्लीज पर ओना नु मैं हाथ जोड़ के बेनती करना बैजो सलीके नाल बैजो सलीके नाल जे मेला चलाना ते बैजो बाबा जी बैजो प्लीज एक एक कलम तेरे हक विच सी मोदी खाने वइयां दी ओ मुके ना सन ब्याज नानका तेरे वीर पइयां दी मुके ना सन ब्याज नानका तेरे वीर पइयां ओ मुके ना सन ब्याज नानका तेरे वीर पइयां दी ओ चार उदासियां चार दिशावां कीतियां वारो वारी जात पात दा भेद मटावे मर्दाने दे नाल यारी मर्दाने दे नाल यारी तेरी मर्दाने दे नाल बाबे ओ एक बार दी गल दसन लगा मैनू मैं जिन्नी सिफत कर देवां मेरे लिए उन्नी थोड़ी है अज की दुनिया कहती है मेरी फलाने नाल बनती मंत्री नाल बनती ओदे नाल बनती एदे नाल बनती पर धन धन गुरु नानक पातशाह की करके गए है मरदाने दे नाल यारी लाई है मरदाने नाल और उन्हां दे राह ते चलते हुए श्री गुरु ग्रंथ साहिब नूं मनदे हुए मन नूं नीवा करते हुए गुलाम साईं सुरेंद्र शाह सरकार बाकरपुर वाले एक दिन एक बार दी गल है मेरा गाना शूट हो रहा सी माए नी माए मैनू प्यार हो गया सुनियो जेड़े दरगाह ते गए आ बाकरपुर दे विच जिथों पैर पानी दे विच धर के तुसी अगे लंघदे हो उहदा इक सीन लैणा सी मेरे गाने दे विच देखियो दाता सरकार उस चुड़ी नू भरदे आ ते उहनू पींदे आ ਉਹ ਅਸੀਂ ਦੋ ਵਾਰ ਸੀਨ ਲੈ ਲਿਆ ਦੋ ਵਾਰ ਤੇ ਜਦੋਂ ਅਸੀਂ ਅੰਦਰ ਚਲੇ ਗਏ ਉਹ ਮੈਨੂੰ ਕੈਮਰੇ ਵਾਲਾ ਕਹਿਣ ਲੱਗਾ ਕਹਿੰਦੇ ਭਾਈ ਇਹ ਇਹ ਸੀਨ ਦੁਬਾਰਾ ਲੈਣਾ ਹੈ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸ ਉਸ ਪਾਣੀ ਨੂੰ ਇੱਕ ਦਰਵੇਸ਼ ਪੀ ਰਿਹਾ ਸੀ ਕੋਈ ਕੁੱਤਾ ਪੀ ਰਿਹਾ ਸੀਗਾ ਹੁਣ ਅਸੀਂ ਦਾਤਾ ਸਰਕਾਰ ਨੂੰ ਕਿਹਾ ਦਾਤਾ ਜੀ ਅਸੀਂ ਪਾਣੀ ਬਦਲ ਦਈਏ ਕਹਿੰਦੇ ਨਹੀਂ ਇਹ ਮੇਰੇ ਪੀਰ ਦੇ ਦਰਬਾਰ ਦਾ ਦਰਵੇਸ਼ ਹੈ ਇਹ ਮੇਰੇ ਪੀਰ ਦੇ ਦਰਬਾਰ ਦਾ ਨੌਕਰ ਹੈ ਇਹ ਮੇਰੇ ਪੀਰ ਦੇ ਦਰਬਾਰ ਦਾ ਰਾਖਾ ਹੈ ਇਹਦੀ ਔਕਾਤ ਮੇਰੇ ਨਾਲੋਂ ਵੱਡੀ ਹੈ ਮੈਂ ਇਹਦੇ ਨਾਲੋਂ ਨੀਵਾਂ ਹੈ ਇਹ ਮੇਰੇ ਦਾਤਾ ਸਰਕਾਰ ਦੀ ਸਿਫਤ ਹੈ ਤੇ ਦਾਤਾ ਸਰਕਾਰ ਨੇ ਉਸ ਸ਼ੂਟ ਕਰਦੇ ਹੋਏ ਉਸ ਦਰਵੇਸ਼ ਦੇ ਝੂਠੇ ਪਾਣੀ ਨੂੰ ਆਪਣੇ ਮੂੰਹ ਨੂੰ ਲਾ ਕੇ ਉਹ ਦਰਬਾਰਾ ਸੀਨ ਕੀਤਾ ਸੀਗਾ ਇਹ ਉਹ ਮੁਰਸ਼ਦ ਹੈ ਬਾਬਾ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾਓ ਮੇਰੇ ਦਾਤਾ ਸਰਕਾਰ ਦੇ ਨਾਂ ਤੇ ਚਾਰ ਦੋਸੀਆਂ ਚਾਰ ਦਿਸ਼ਾਵਾਂ ਤੇ ਕੀਤੀਆਂ ਵਾਰੋ ਵਾਰੀ ਜਾਤ ਪਾਤ ਦਾ ਭੇਤ ਮਟਾਵੇ ਬਾਲੇ ਮਰਦਾਨੇ ਦੇ ਨਾਲ ਯਾਰੀ ਮਰਦਾਨੇ ਦੇ ਨਾਲ ਯਾਰੀ ਮਰਦਾਨੇ ਦੇ ਅੱਜ ਵੀ ਸੋਭਾ ਹੁੰਦੀ ਤੇਰੀ ਚੜਦੀ ਮਈਆਂ ਦੀ
मुके ना सानू ब्याह जे नानका तेरे वीर भैया मुके ना सानू ब्याह जे नानका तेरे वीर भैया दी आ मुके ना सानू ब्याह जे नानका तेरे वीर भैया दियो जे ते दिखावे दा प्यार कर रहे हो फिर खड़े रहो, जे सच्ची दिलों प्यार करते हो फिर बह जाओ। ये मेरे दादा जी की गल है, जे प्यार दिलों करते हो तो बह जाओ। और सब तो वड्डी गल मैं गाउंदे गाउंदे भी कहा कि भज्जी फिरदी है माया पिछे दुनिया, फकीर रब पिछे दौड़ दे। दाता सरकार ने एक गल कही है कि हुण पैसे लेके ना कोई इत्थे आवे, क्यों? क्योंकि इस माया नू, इस गड्डियां कारां नू, इस सोने नू, चांदी नू त्याग के तो फकीरी लई है। ते तुसीं सोचदे हो बाबे जी कि दाता सरकार नू इहदे च भरमा लांगे, नहीं। मैं गिनती नहीं कर सकता कि मेरे देखते देखते जिन्हां दियां मनतावां पूरियां होईयां किन्ना सोना, किन्ने पैसे चढ़ा के चले गए। ना उहदे हथ च कोई कोई चीज है, तो ना गल च, ना कोई पैर च, क्यों? वह जान चुके, उहनूं पता है भी जे नाल जाना है तो उस वाहिगुरु का नाम नाल जाना, इस तो अलावा नाल कुछ नहीं जाना। ये जान चुके ने, ते असी हर वेले बाबू जी मेरा काम नहीं चलता। मैं मानता कि पैसा भी जरूरी है जिंदगी जीवन लई, मानता, पर उस जिंदगी का असली खसम हो मुरशद हो रब हो वाहिगुरु इस निरंकार, वह भी जिंदगी लिए जरूरी है जिन्होंने तुम भुले बैठे। की सिफत करा मेरे दाता सरकार दी, की सिफत करा बाबा जी। मैंने एक बार की गल याद आ गई, बॉम्बे दे विच सुनियो, बॉम्बे दे विच दाता सरकार नू किसे परिवार ने बुलाया, बाय एयर गए सी दाता जी। उन्होंने की किया, गड्डी एक 10 करोड़ की, उहदे विच लैण आए दाता सरकार नू। दाता जी बैठे उन्होंने घरे गए। मैं तां दस रहा बाबा जी कि अज दे कल युग दे विच ऐसा फकीर दीवे बाल के लभोंगे तुहानूं नहीं मिलूगा, जिहड़ा सच दा राह विखाउणा है। एक बार जोरदार ताड़ी मेरे दाता सरकार, 10 करोड़ की गड्डी दे विच बिठाया ते लै गए घरे। हुण उत्थे चाह पानी पीता है, उन्हां दे नाल गल्लां कीतियां, उन्हां लई दुआ फरियाद कीती, उन्होंने बड़ी खिदमत वादित की सरकारां दी। और वेड़े दे विच जाके कन्ना दे विच फुसर फुसर करन लग गए, पता की कह रहे कन्न च, कहिंदे ऐसे करते हैं जो जिस गाड़ी में दाता जी को लेके आए वो गाड़ी की चाबी दाता जी को दे देते। ते वो जानी जान सीगे, उन्हें आवाज मारी कहिंदे भाई जे कर मैनू सोचदे हो कि ये चीजा दे के, ये चीजा दा लालच दे के तुसी मेरे तो कुछ पालोंगे, चाहे मैनू इस चीज करके बुलाया, फिर तुसी गलत वहमी च तुरे फिरदे हो। ये चीजा छड के ते फकीरी लई है, ये चीज नहीं चाहिदी। और जो मैं सुनिया उन्होंने सोचा भी शायद गड्डी इन्नी दूर जानी नहीं, दाता सरकार जी किन्ने पैसे उस टैची च पा के जांदी वार दाता जी दे हाथ च फड़ाउण दी कोशिश कीती, दाता जी ये लै जाओ, जो खरीदना खरीद लियो, जे दरबार से लाने तो दरबार से लाओ। मेरे दाता सरकार की उत्थे वर्डिंग उत्थे
बोली पता की सी, भाषा पता की सी, जवाब पता की सी। कहिंदे दरबार संगत दा है, इहनू कल्ला खरीददार ना बन। दरबार उस संगत दा है जिहड़े बाकरपुर तों कोई पैदल आ रहा, कोई सैकल ते आ रहा, कोई मोटरसाइकिल ते आ रहा, कोई गड्डी ते आ रहा, कोई रक्शे ते आ रहा, कोई ऑटो ते आ रहा, उहनां दा दरबार है। ते याद रखी, ਇਹ ਤੇਰੇ ਘਰ ਮੇਰਾ ਪਹਿਲਾ ਤੇ ਆਖਰੀ ਗੇੜਾ ਸੀ। ਦੁਬਾਰਾ ਕਦੇ ਜ਼ਿੰਦਗੀ 'ਚ ਸੁਪਨੇ 'ਚ ਵੀ ਨਾ ਸੋਚਣੀ ਕਿ ਅਸੀਂ ਤੇਰੇ ਘਰ ਆਵਾਂਗੇ। ਤੁਸੀਂ ਉਹਨੂੰ ਖਰੀਦਦੇ ਹੋ ਬਾਬਾ ਜੀ, ਉਹਨੂੰ ਖਰੀਦਦੇ ਹੋ। ਅਸੀਂ ਅਸੀਂ ਕਲਾਕਾਰ ਹਾਂ, ਮੈਂ ਸੱਚ ਕਹਿ ਰਿਹਾ। ਸਾਡਾ ਰੋਜ਼ ਹੀ ਨਵੇਂ ਤੋਂ ਨਵੇਂ ਫਕੀਰਾਂ ਦਰਬਾਰਾਂ ਨਾਲ ਵਾਹ ਪੈਂਦਾ। ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ, ਸਾਰੇ ਹੀ ਚੰਗੇ ਆ। ਮੈਨੂੰ ਲੱਗਦਾ ਉਹ ਸਾਡੇ ਨਾਲ ਵੀ ਚੰਗੇ ਹੋਣਗੇ, ਪਰ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ। ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦੇ, ਤੇਰਾਂ ਤੋਂ ਨਾ ਛੱਬੀ ਹੈ ਤੇ ਛੱਬੀ ਰਹਿਣ ਦੇ। ਓਏ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ। ਸਾਨੂੰ ਤਾਂ ਇੱਥੋਂ ਸਕੂਨ ਮਿਲਦਾ ਹੈ, ਅਸੀਂ ਆਪਣੀ ਆਤਮਾ ਦੇ ਸਕੂਨ ਲਈ ਭੱਜੇ ਫਿਰਦੇ। ਜੇ ਪਿਆਰ ਕਰਦੇ ਹੋ ਤੇ ਹੁਣ ਇੱਕ ਜਕਾਰੇ ਦਾ ਜਵਾਬ ਦੇ ਦਿਓ, ਨੇੜੇ ਤੇੜੇ ਸੁੱਤੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਸਾਈਂ ਸੁਰਿੰਦਰ ਸ਼ਾਹ ਸਰਕਾਰ ਵਿਰਾਜਮਾਨ। ਬੋਲੇ ਸੱਚੇ ਦਰਬਾਰ ਕੀ, ਦਰਬਾਰ ਕੀ ਜੈ। ਆਓ ਸੱਚ ਦੇ ਰਾਹ ਤੇ ਤੁਰ ਰਹੇ ਬਾਬਾ ਜੀ, ਇਹ ਪੈਸੇ ਸਾਈਡ 'ਚ ਕਰੋ। ਮੈਂ ਹੁਣ ਸੱਦਾ ਦੇਣਾ, ਪਲੀਜ਼ ਜੇ ਤੁਸੀਂ ਮੁਹੱਬਤ ਕਰਦੇ ਹੋ, ਪਿਆਰ ਕਰਦੇ ਹੋ, ਦੇਖੋ ਤੁਸੀਂ ਗੁਰੂ ਘਰਾਂ 'ਚ ਵੀ ਜਾ ਕੇ ਬੈਠਦੇ ਹੋ, ਤੁਹਾਨੂੰ ਪਤਾ ਨਾ ਕਿ ਉਹਦੀ ਮਰਿਆਦਾ ਕੀ ਹੈ ਗੁਰੂ ਘਰ ਦੀ। ਅਸੀਂ ਉੱਥੇ ਖਲਤ ਨਹੀਂ ਪਾਉਂਦੇ, ਆਉਂਦੇ ਹਾਂ। ਕਿਸੇ ਮਸਜਿਦ ਮੰਦਿਰ 'ਚ ਚਲੇ ਜਾਈਏ, ਬੜੇ ਅਦਬ ਨਾਲ ਬੈਠਦੇ ਹਾਂ। ਇਹ ਕੋਈ ਅਖਾੜਾ ਨਹੀਂ, ਇਹ ਵੀ ਉਹਨਾਂ ਗੁਰੂਆਂ ਪੀਰਾਂ ਦਾ ਦਰਬਾਰ ਹੈ। ਉਸ ਪਾਕ ਪਵਿੱਤਰ ਰੂਹ ਨੂੰ ਸਾਡੇ ਪੀਰੋ ਮੁਰਸ਼ਦ, ਇਸ ਰੂਹ ਦੇ ਖਸਮ, ਸਾਡੇ ਦਿਲ ਦੇ ਜਾਨੀ ਜਿਹੜੇ ਸੱਚ ਦੇ ਰਾਹ ਤੇ ਤੁਰੇ ਹੋਏ ਆ, ਜਿਹੜੇ ਸੱਚ ਦਾ ਪ੍ਰਚਾਰ ਕਰ ਰਹੇ ਆ, ਮੈਂ ਦਾਤਾ ਜੀ ਨੂੰ ਫਰਿਆਦ ਕਰਦਾ ਕਿ ਦਾਤਾ ਜੀ ਆਓ, ਅੱਜ ਦੀ ਇਸ ਮਹਿਫਲ ਨੂੰ ਆਪਣੇ ਉਸ ਸ਼ਬਦਾਂ ਦੇ ਨਾਲ, ਉਸ ਗੁਰੂ ਨਾਨਕ ਦੀ ਬਾਣੀ ਦੇ ਨਾਲ, ਉਹ ਪਾਕ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਕਾਂ ਦੇ ਨਾਲ ਅੱਜ ਇਹਨਾਂ ਸੰਗਤਾਂ ਨੂੰ ਨਿਹਾਲ ਕਰੋ। ਇੱਕ ਵਾਰੀ ਜ਼ੋਰਦਾਰ ਤਾੜੀਆਂ ਦਾਤਾ ਸਰਕਾਰ ਦੇ ਨਾਂ ਲਈ। ਜਿਹੜੇ ਸਟੇਜ ਤੇ ਹੈ, ਪਲੀਜ਼ ਉਹ ਰੁਮਾਲ ਜ਼ਰੂਰ ਸਿਰ ਤੇ ਬੰਨ ਲੈਣ, ਆਪਣੇ ਸਿਰ ਨੂੰ ਜ਼ਰੂਰ ਟੱਕ ਲੈਣ, ਔਰ ਜਿਹਦੇ ਕੋਲ ਨਹੀਂ ਰੁਮਾਲ, ਮੇਰੀ ਹੱਥ ਜੋੜ ਕੇ ਬੇਨਤੀ, ਉਹ ਸਟੇਜ ਤੋਂ ਥੱਲੇ ਆ ਜਾਵੇ, ਬੜੀ ਮਿਹਰਬਾਨੀ। ਬੋਲ ਸੱਚੇ ਦਰਬਾਰ ਕੀ ਜੈ, ਬੋਲ ਸੱਚੇ ਦਰਬਾਰ ਕੀ ਜੈ। ਜੈ 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 ਸੱਚੇ ਦਰਬਾਰ ਕੀ ਜੈ। ਲਓ ਜੀ ਪਿੱਛੇ ਹੁਣ ਭਰ ਕੇ ਰੱਖਿਓ ਭਾਜੀ, ਤੁਸੀਂ ਸਾਰੇ ਬਹਿ ਜਾਓ, ਸਾਰੇ ਬਹਿ ਜਾਓ, ਆਪਾਂ ਸਾਰੇ ਬੈਠਦੇ ਹਾਂ, ਬਹਿ ਜਾਓ, ਬਹਿ ਜਾਓ ਬਾਬਾ ਜੀ, ਬਹਿ ਜਾਓ, ਬਹਿ ਜਾਓ ਸਾਰੇ ਜਿੰਨੇ ਵੀ। ਬੜੀ ਮਿਹਰਬਾਨੀ। ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਦੀ ਸਾਜੀ ਨਵਾਜੀ ਸੰਗਤ, ਰਸਨਾ ਨੂੰ ਪਵਿੱਤਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
सारिआं नूं सलाम आदाब नमस्कार राम राम सत श्री अकाल। बहुत वडभागा समा सानू सारिआं ने सानू सारिआं नूं उस मालक ने बख्शिआ। असीं तां तुहाडे दर्शन करन आए, तुहाडे विच दी उहनूं वेख लईदा, तुहाडे दर्शनां दे नाल उहदे दीदार हो जांदे ने। तुसीं सारे सत्कारयोग हो, सत्कारयोग ने मेरे बजुर्गां दे समान बजुर्ग, सत्कारयोग ने मेरी मावां दे समान मावां, सत्कारयोग ने मेरिया भैणां दे समान भैणां, सत्कारयोग ने मेरे वीरां दे मेरे भरा दे मेरे वीर दे जिन्ने भी वीर आए सत्कारयोग ने सारे मेरे वीर दे समान जिन्ने वीर आए ने सारे सत्कारयोग ने। सत्कारयोग ने निक्कियां निक्कियां मेरियां छोटियां छोटियां निक्कियां निक्कियां भैणां निक्के निक्के बच्चे सत्कारयोग है ये जग जनने सत्कारयोग जिहड़ी संसार नूं रचण वाली है संसार नूं चलाउण वाली है सत्कारयोग। अज इस परिवार के जरिए इन्हां मुरीदां के जरिए दाता दे प्यारियां दे जरिए अज फिर तो थोड़े दीदार करन दा मौका गुलामां दे गुलामां दे गुलाम नूं नसीब होया। दुआ करदा तुसी सारे जिथों आए हो जिथों भी आए थोड़ा एक एक कदम मेरे दाता दे दरबार दे विच प्रवान होवे, एक एक कदम ओ मेरा दाता प्रवान करे मेहर करे रहमत करे थानू अपनिया रहमतां नाल नवाजे, दुखां नूं दूर करे तंदरुस्तियां बख्शे, नेक कमाइयां च बरकतां पावे, नेक मुरादां पूरियां करे, सुख रखे खैर करे, रब खैर करे रब भली करे, रब खैर करे रब भली करे, देर बेशक सही पर नजर सवली करे, भावे देर नाल ही पा दे पर नजर सवली पा दे। बाबा जी असी इंसान भावे दुनिया क्यों ना जित लवे, इंसान दुनिया जित लवे कुल दुनिया जित लवे पर इंसान नूं यह याद रखना चाहिए हमेशा कि सूई भी नाल नहीं जानी, एक सूई भी तेरे नाल नहीं जानी, भावे बादशाह भावे दुनिया जित लै, क्योंकि दुनिया नूं जितण वाला सिकंदर भी बारह गंज माया दे जोड़न वाला सिकंदर भी इस दुनिया तो खाली हथ गया, सूई भी सिकंदर दे नाल नहीं गई। जिंदगी बहुत खूबसूरत है जे इनू खूबसूरत तरीके दे नाल जिया जाए। छोटे छोटे सपने हों, छोटे छोटे सपने हों, सपने वो अपने हों तो यारो क्या बात है, यही जीना है यही जीने की सूरत है, जिंदगी खूबसूरत है, खुशियों को बांटो खुशियों को बांटो, यहाँ गम की किसे जरूरत है, जिंदगी खूबसूरत है। इंसान अपनी जिंदगी कई बार इंसान वड्डी खुशियां दे चक्कर दे विच
अपनी जिंदगी दे छोटे छोटे खूबसूरत पलां नूं भी गवा मैना जिहड़े खुशियां दे पल हुंदे ने ना बेशक छोटे होण पर उन्हां नूं भी सांभ लै उन्हां नूं गवा ना कई बारी वड्डी खुशियां लैण दे चक्कर दे विच छोटे पलां नूं भी गवा लैंदा निक्के तो शुरुआत कर छोटे तो शुरुआत कर उम्मीद रख यकीन रख दाता वड्डियां खुशियां भी बख्शूगा जिथे नवाजन वाला जदों नवाज दवे ना जड़ा जड़ा पैदा करन जानदा ओ साडी पीड़ नूं भी जानदा जिन्हें दुनिया ते भेजा ओ साडे दुखां नूं भी जानदा ओ साडी तकलीफ नूं भी जानदा ओ साडी पीड़ नूं भी जानदा ओ साडे गमां नूं भी जानदा ओदे ते यकीन रख के उस मालक दे भाणे दे विच ओदे ओट आसरे दे विच चली चल जिहड़ा तैनू पैदा करदा ओ तेरी पीड़ दा भी हल कढूगा तेरे दुखां नूं भी दूर करूगा जिहड़ा तैनू दुनिया ते भेजण जाणदा जिहड़ा तेरे सांह चलाउंदा ओ तेरा कारोबार भी चलाऊगा जिन्हें सांह बख्शे हैं वो कामकार भी बख्शूगा बस ओदे ते यकीन रखी डोली ना कदे इंसान दा मन हुंदा ही डोलन वाला जे चंगा कीता है फिर अपना नां रख लैंदा है कि मैं कीता है जे बुरा हो गया फिर दोष खुदा नूं दंदा कि तू कीता जे चंगा कीता ते मैं कीता जे बुरा हो गया खुदा ऐ रब्बा तू कीता असी मृत लोक दे जीव हां सारे इस संसार मुरदियां दा लोक है कईआं नूं ਜਦੋਂ ਮੌਤ ਆਉਂਦੀ ਆ ਉਦੋਂ ਮਰਦੇ ਨੇ ਕਈ ਜਿਉਂਦੇ ਜੀ ਮੋਇਆਂ ਵਰਗੇ ਕਿਉਂ ਉਹ ਮੋਇਆਂ ਵਰਗੇ ਹੁੰਦੇ ਨੇ ਜਿਨ੍ਹਾਂ ਦੇ ਜ਼ਮੀਰ ਮਰ ਜਾਂਦੇ ਨੇ ਜਿਨ੍ਹਾਂ ਦੀ ਰੂਹ ਕਲੰਕਿਤ ਹੋ ਗਈ ਉਹ ਜਿਉਂਦੇ ਜੀ ਮਰ ਜਾਂਦੇ ਨੇ ਬਸ ਇਕੱਲੇ ਸਰੀਰ ਚੱਲਦੇ ਨੇ ਕੱਲੀ ਮਿੱਟੀ ਹੈ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ ਜੋ ਗਮੀ ਖੁਸ਼ੀ ਦੇ ਮੌਕੇ ਵਿੱਚ ਆਪਣੇ ਪਿਆਰ ਦਾ ਹਿੱਸਾ ਪਾਉਂਦੇ ਨੇ ਕੁਝ ਲੋਕ ਜਿਉਂਦੇ ਮੋਇਆਂ ਵਰਗੇ ਨੇ ਕੁਛ ਲੋਕ ਜਿਉਂਦੇ ਮੋਇਆਂ ਵਰਗੇ ਨੇ ਕੁਛ ਮਰ ਕੇ ਜਿਉਣਾ ਚਾਹੁੰਦੇ ਨੇ ਇਹ ਖੇਡ ਹੈ ਸਾਰੀ ਕਰਮਾਂ ਦੀ ਕੁਛ ਲੋਕੀ ਬੂਟੇ ਲਾਉਂਦੇ ਨੇ ਕੁਛ ਲੋਕੀ ਬੂਟੇ ਪੱਟਦੇ ਨੇ ਇਹ ਖੇਡ ਹੈ ਸਾਰੀ ਕਰਮਾਂ ਦੀ ਇਨਸਾਨ ਜੋ ਬੌਂਦਾ ਹੈ ਨਾ ਉਹੀ ਉਹ ਵੱਢਦਾ ਇਹ ਗੱਲਾਂ ਨੇ ਕਿ ਆ ਰੱਬਾ ਮੇਰੇ ਨਾਲ ਕੀ ਕਰਤਾ ਕਿਉਂ ਕਰਤਾ ਮੈਂ ਤਾਂ ਕਿਸੇ ਦਾ ਬੁਰਾ ਕੀਤਾ ਨਹੀਂ ਮੈਂ ਤਾਂ ਕਿਸੇ ਦਾ ਮਾੜਾ ਕੀਤਾ ਨਹੀਂ ਆ ਮੇਰੇ ਨਾਲ ਕਿਉਂ ਹੋ ਗਿਆ ਇੱਕ ਬੱਚਾ ਪੈਦਾ ਹੁੰਦਾ ਬੇਸ਼ੱਕ ਉਹ 6 ਮਹੀਨਿਆਂ ਦਾ ਜਾਂ 1 ਸਾਲ ਦਾ ਸੋਚ ਕੇ ਵੇਖੋ ਉਹ ਬੱਚਾ ਪੈਦਾ ਹੋਇਆ 1 ਸਾਲ ਦੇ ਬੱਚੇ ਨੂੰ ਕੈਂਸਰ ਹੋ ਗਿਆ ਸੋਚ ਕੇ ਦੇਖੋ 1 ਸਾਲ ਦੇ ਬੱਚੇ ਨੂੰ ਕੈਂਸਰ ਹੋ ਗਿਆ 1 ਸਾਲ ਦੇ ਬੱਚੇ ਨੂੰ ਕੀ ਪਤਾ ਉਹ ਕੀ ਗੁਨਾਹ ਕਰ ਸਕਦਾ ਉਹਨੇ ਕੀ ਗੁਨਾਹ ਕੀਤਾ ਹੋਊਗਾ ਨਹੀਂ ਹਲੇ ਤਾਂ ਉਹਨੂੰ ਆਪਣੀ ਸੋਝੀ ਦਾ ਵੀ ਨਹੀਂ ਪਤਾ ਪਰ 1 ਸਾਲ ਦਾ ਬੱਚਾ ਉਹਨੂੰ ਕੈਂਸਰ ਹੋ ਗਿਆ ਉਹਨੂੰ ਕੀ ਪਤਾ ਇਸ ਜਾਮੇ ਦੇ ਵਿੱਚ ਉਹਨੇ ਕੁਝ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਕਿਉਂਕਿ ਉਹ ਆਪ ਹਲੇ ਬੱਚਾ ਹੈ
पर पीड़ित है कैंसर दे रोग नाल। बाबा जी शरीर नमा मिल गया, शरीर नमा मिल गया, जूनी नमी आ गई है, शरीर मनुखी शरीर आ गया, शरीर नमा मिल गया, पर जेड़ी विच रूह है ना, जेड़ा विच जीव है ना, वो बड़ा पुराना है, वो बड़ा पुराना है, क्योंकि आत्मा कदे मरती नहीं, आत्मा नू अग्नि जला नहीं सकती, आत्मा नू पानी भिओ नहीं सकता, आत्मा नू कोई हस्त्र शस्त्र कट नहीं सकता, आत्मा हमेशा अमर होंदी है, आत्मा नहीं मरती, मिटदे शरीर ने, शरीर नवा आ गया, शरीर नवा आ गया, पर जेड़ा विच जीव है ना, वो बड़ा पुराना है, वो बहुत पुराना है, पिछले जन्मों के विच किते हुए गुनाहां दी सजा रूह ओयो है, शरीर बदली गए, पिछले जन्मों की कीती कीते गुनाह दोबारे नवी जून दे विच भी कैंसर बन बन फुटते ने, रोग बन बन फुटते ने, शरीर नव जमे बच्चे का, शरीर एक साल के बच्चे का, जिन्हें कोई दुनिया से आके गुनाह नहीं किया, जिन्हों सोची भी नहीं है, पर पीड़ित है कैंसर के रोग नाल, क्योंकि वह रोग होंदा नहीं, शरीर होंदा है, जड़ी शरीर के विच रूह है ना, वह बड़ी पुरानी है, उदों दी है जब तो गुनाह करता हुंदा, शरीर बदलते ने बाबा जी, रूहां कदे नहीं बदलदी, ये मिट्टी है, एक जून छड़ी इन्हें दूजी च चली जाना, दूजी छड़ी इन्हें तीजी च चली जाना, पर रूह ओयो चलती आउंदी है, इस करके किसी का बुरा करन नालों, किसी का बुरा करन तो पहला 100 बार सोचना है कि मैं आ करन तां लग्या, इहदा भुगतान किहड़े जामे जाके देना है। कई बारी इंसान अपनी अकल दे, अपने जोर दे उते, अपनी ताकत दे उते हंकार करके ओ कम कर वेंदा है, ओ माड़ा कम कर वेंदा है, जिदा भुगतान उहदी आउण वाली नसलां नूं देना पैंदा है। क्यों? क्योंकि जदों उहदी निगाह सवली हुंदी है ना, ਉਹ ਨਸਲਾਂ ਤੇ ਫਸਲਾਂ ਨੂੰ ਬਚਾ ਦਿੰਦਾ ਹੈ। ਜਦੋਂ ਉਹਦੀ ਨਜ਼ਰ ਹਟਦੀ ਹੈ ਨਾ, ਫਿਰ ਨਾ ਨਸਲ ਰਹਿੰਦੀ ਹੈ ਨਾ ਫਸਲ ਰਹਿੰਦੀ ਹੈ, ਫਿਰ ਪੱਕੀਆਂ ਪਕਾਈਆਂ ਫਸਲਾਂ ਵੀ ਝਾੜ ਦਿੰਦਾ ਹੈ, ਪੱਕੀਆਂ ਪਕਾਈਆਂ ਫਸਲਾਂ ਵੀ ਖਰਾਬ ਕਰ ਦਿੰਦਾ ਹੈ। हर एक बंदा आपो अपने कर्मां दा लेखा जोखा, आपो अपने कर्मां दा हिसाब दिंदा। एक वार दी गल है, एक वार दी गल कि एक एक इंसान शरीर इंसान वाला ते अंदर शैतान वसदा, मन शैतान वाला, उहदा काम सी पहला बंदियां नूं कतल करना, फिर उहनां नूं लुटना। जे कोई साधु भी मिल गया,
कोई खुदा दा प्यारा मिल गया, जेड़ा भी इंसान उन्हें मिलता हुंदा सी जिस राह दे उते उन्हें एक अपनी बारगाह बनाई हुई सी। बंदे नूं मारना फिर उन्हें लुटना, भावे कोल कुछ है भावे नहीं है। एक बार दी गल कि सच्ची सरकार दुनिया नूं तार दे तार दे, उहदी बारगाह दे कोल पहुंच गए, उत्थे पहुंच गए जिहदे विचों रहिंदा हुंदा सी, उहदी रामगाह ते पहुंच गए जिथे रहिंदा हुंदा सी। जदों वेख्या ना कि साधु महात्मा आए ने अपने मनोमनी, जे तुसी आ गल समझ ली ना बाबा जी, जे थोड़ी समझ च आ गई तो मैनू ये उम्मीद है थोड़ी जिंदगी दे विच बहुत ज्यादा तब्दीली आऊगी। उम्मीद करदा कि इस तों बाद मैनू आस है, उम्मीद है कि थोड़ियां जिंदगी दे विच जरूर तब्दीली आऊगी। जाके सच्ची सरकार ने अपना डेरा ला लिया, अपने मन दे विच बड़ा खुश होंदा है, कहण लगा लै भाई अज साधु तीन ने, अज सब तो पहला मैनू ऐदा लगता भी इन्हों दे कोल माया बहुत होनी है, माया बहुत होनी है। अज सब तो पहला हर वार दी तरह इन्हां साधुआं नूं पहला कत्ल करना है फिर लुटना है। हुण जदों जाके बाबिआं नूं कहण लगा है साधु जी, संत जी, फकीर जी, मैं बड़ी सेवा करदा जिहड़े इस राह नूं साधु संत लोग जांदे ने, मैं उहनां दी बहुत सेवा करदा, मेरा घर इत्थे नेड़े ही है, तुसी आ जाओ आराम करके, हुण रात होण वाली है आराम कर लियो, आराम करके सवेरे आराम नाल चले जायो, नाले मैनू थोड़ी सेवा करन दा मौका मिल जूगा। जुबान ते ऐदां दी शब्दावली है, मनो मन दे विच बड़ा खुश होई जांदा है, मन च बहुत खुश हुंदा है कि लै भाई चंगी माया इन्हां साधुआं कोल होऊगी, पहला कत्ल करने ने फिर लुटने ने। हुण लै गया जाके साधुआं नूं बिठा दिता, बिठा दिता सच्चे दातिआं नूं बिठा दिता, बिठा के हुण जिहड़े जिन्हां दे नाल जिहड़े हथियारां नाल कत्ल करदा सी ना उन्हां हथियारां नूं तिखा करना शुरू कर दिंदा, हथियारां नूं तिखा करके हुण उधर जदों रात होई है अपने हथियारां नूं लै के नाल सच्चे दातिआं दे कोल आ गया, आके कहण लगा लै भाई साधु जी, संत जी हो जाओ तैयार, अज तुसी फसे हो, एक नहीं तीन फसे ने। कहण लगे भाई की करदा, कहण लगा करना की है,
साधुओ साधु जी हो जाओ तैयार। मेरा काम है भावे कोई साधु होवे कोई भी होवे जिहड़ा इस रस्ते नूं गुजरदा है मैं उन्हूं कतल करके फिर लुटदा हुंदा। अपने रब नूं ध्यान लो अपने मालक नूं ध्यान लो क्योंकि ये तो बाद मैं थोनू कतल करना। सच्ची सरकार सच्चे दाता कहण लगे अच्छा भाई ये काम है तेरा असी जानदे हां असी तेरे काम नूं चंगी तरह जानदे हां। उस मालक ने ड्यूटी लाई है भाई अज तेरे कोल आए हैं। कहण लगे अच्छा ये गल दसो। सच्ची सरकार कहण लगे ये गल दस आ जेड़ा साधुआं संतां नूं खुदा दे बंदियां नूं कतल करके लुटदा ये किहदे लई लुटदा ये कम तू किहदे लई करदा। कहण लगा बाबा जी मैं ये कम मेरे दो बच्चे ने मेरी घरवाली है मेरे माता पिता ने मैं उन्हां दी खुशी दे लई अपने आप दी खुशी दे लई ये कम करदा। सच्चे दाता कहण लगे अच्छा भाई साडी ड्यूटी लगी है अकाल पुरख ने ड्यूटी लाई है असी नहीं किते भी जांदे असी इत्थे ही हैं पर जा जिन्हां दे लई ये कम करके आ जिन्हां दे लई आ कम करदा जा उसे अपने परिवार दे विच चला जा जा जाके पुछ के आ के जदों धर्मराज दी कचहरी दे विच तेरे गुनाहां दी तेरे माड़े कर्मां दी सजा धर्मराज दी कचहरी दे विच तैनू दत्ती जाऊगी जा पुछ के आ जिन्हां दे लई ये कम करदा कि ओ तेरी सजा दे विच नाल तेरी सजा दे विच तेरे हिस्सेदार होणगे जा पुछ के आ असी नहीं किते जांदे। कहण लगा पक्का जी तुसी किते नहीं जांदे कहिंदे नहीं असी नहीं जांदे जा पुछ के आ जिन्ना पाप कीता जिन्ने गुनाह कीते ने अपने परिवार लई कीते ने जा अपने परिवार दे विच चला जा जा पुछ के आ जदों धर्मराज दी कचहरी दे विच तेरी गुनाहां दी पत्री फोली जानी है जा पुछ के आ जदों तैनूं नरकां दी सजा लगनी है जदों तैनूं चुरासी लगनी है जा पुछ के आ तेरा परिवार बराबर तेरी सजा नूं तेरी सजा नूं नाल बराबर अपने आप ते भी लऊगा चला जांदा। सब तो पहला अपनी मां दे कोल जांदा मां मैं दिन रात गुनाह करदा मां पता नहीं किन्ने क बंदियां दा किन्ने क साधुआं संतां दा मैं कतल कर चुका है मां एक गल पुछनी है। कहण लगी पुछ पुत की पुछना चाहुंदा है। कहिंदा मां मैनू एक गल दस दिओ कि मैं इन्ना पाप करदा इन्ना गुनाह करदा जदों धर्मराज दी कचहरी दे विच मैनू मेरे गुनाहां दी सजा मिलूगी कि उस वक्त तुसी मेरे नाल उस सजा नूं वंडाओगे। मां कहण लगी बे पुत्रा की कहना है बच्चे मैं 9 महीने अपनी कुख दे विच तैनू रखिया जन्म दिता है तेरे जन्म तो बाद जिन्ना चिर तू सोची नहीं संभली मैं तेरी गंदगी साफ कर दी रही है। बच्चे मैं तेरी मां है हुण मैं बिरदा हुण तेरा फर्ज बनता है
मैनू सहारा देण दा। तू जिथो जो करदा ए तू जाने, असी तेनू नहीं ये कम करन नू कहा, ये तू करदा। ते पुत्र तेरे कर्मां दा हिसाब किताब तेनू ये देना पैना है, असी तेरी मदद नहीं कर सकते। जदों मां तो जवाब मिल गया, एक पास्यों टुट गया, दूजे पासे आ गया, बापू कोल आ गया, बापू तू ते बापू है ना मेरा, बापू थानू सुख देण दे लई समय सिर थानू प्रशादा पानी देण लई कपड़ा देण लई मैं दिन रात गुनाह करदा। बापू जदों दरगाह दे विच मेरे कर्मां दा लेखा जोखा होऊगा, मैनू सजा मिलूगी, बापू की तू मेरी सजा नू नाल मेरे बराबर वंडाएगा? बापू कहण लगा, पुत्र असी बूटा लाया, इंसान एक बूटा लाउंदा है, ओ तां लाउंदा है कि जदों ओ बूटा एक वड्डा दरख्त बन जाऊगा, ओदी छाया ते ओदी काया साडे काम आऊगी। पुत्र असी तेनू ए दुनिया विखाई है, मैं अपने शरीर नू वाह के, मैं मेहनत करके किरत करके तेनू पालिया, पर ए जो गुनाहां वाली जो गुनाहां वाला रास्ता है ओ तू पकड़िया। पुत्र मैं हुण बिरदा, औलाद दा फर्ज है, जेड़ी औलाद नू माता पिता पालदे ने वड्डा करदे ने, जदों माता पिता ते बुढ़ेपा आउंदा है फिर औलाद दा फर्ज बणदा है, माता पिता दा सहारा बनना। बच्चे जिथों मर्जी लैके आ ना आ, पर तेरे कर्मां दा लेखा तेनू ही देना पैना। तू चोरी कर, तू ठगी कर, असी इस चीज नू नहीं जानदे, असी तेनू जन्म दिता है, हुण साडे ते बुढ़ेपा है, हुण फर्ज तेरा बनदा है सानू समय सिर भोजन पानी कपड़ा लीड़ा देण दा। हाय हाय, दूजे पासे भी जवाब आ गया। हुण अपनी घरवाली दे कोल चला जांदा, अपनी घरवाली नू जाके कहण लगा, भागवाने तेनू तां मैं व्याह के लैके आया, कसमां खा के, तू भी कसम खादी सी, कौल करार, मैनू दस। अपनी घरवाली नू कहिंदा, कहिंदा भागवाने मैं थोड़ी खुशी दे लई दिन रात पाप करदा, दिन रात माया जोड़ जोड़ के लोगों नू लुट के कत्ल करके मैं माया लैके आना ताकि थानू सुख दे सकां। सच दस जदों दरगाह दे विच मेरे कर्मां दा लेखा जोखा होगा, की तू मेरे कर्म बंडाउण दे विच मेरी बराबर दी हकदार होवेंगी? आए हाय, जदों जा घरवाली ने घरवाली नू वेख्या ना, ओ कहण लगी, कहण लगी, वे मेरे सिर दिया साइया, याद कर ओ समा, तू मेरे माता पिता मेरे परिवार दे विच कौल करार करके मैनू व्याह के लैके आए, याद कर ओ समा, ओ कसमा याद कर, ओ वादे याद कर, तू ही कहिंदा सी कि मैं थानू हर एक सुख देना है, जो जो तेरियां जरूरतां होनियां ने
तेरिया जरूरत मैं पूरा करना है। ते भाई मैनू तो समय सिर घर का समान भी चाहिए, मैनू मेरा समान भी चाहिए, जिथों मर्जी लैके आ ना आ, पाप कर चंगा कर जो मर्जी कर, पर तेरे कर्मा दा तेरे गुनाहां दा लेखा जोखा तैनू ही देना पैना। उधरों भी जवाब हो गया। हुण बच्चियां कोल जांदा है, अपने बच्चियां नू कहिंदा बच्चियो तुसी तां मेरे बच्चे हो, थानू तां मैं बहुत प्यार करदा हां, थोड़ी खुशी दे लई, थोड़े पालन पोषण दे लई, थानू चंगा कपड़ा चंगा खाना देन लई मैं दिन रात गुनाह करदा, लोकां नू लुट के कसुट के मैं थोड़े लई चंगी तो चंगियां चीजां लैके आना। तुसी दसो कि जदों धर्मराज की कचहरी दे विच मेरे कर्मां दी सजा मैनू मिलूगी, क्या तुसी बराबर दे हकदार होवोगे? दोनों बच्चों ने आवाज मारी, बापू सानू पैदा करता तू, असी हले इस काबल नहीं हुए, असी हले अपने पैरां ते नहीं खलोए, सानू ए दुनिया विखाई है तू। बापू सानू समय सिर जो चाहिदा है ओ लिया के देण दा फर्ज तेरा है, तू लुट के लिया कसुट के लिया, सानू इस चीज नाल कोई मतलब नहीं, पर तेरे गुनाहां दे विच असी सजा नहीं पा सकते, जो तू कीता है ओदी सजा सिर्फ तेनू ही मिलनी है, असी तेरी सजा नहीं, असी तेरा दुख नहीं उत्थे वंडा सकते। जदों चारे पासों जवाब मिल गया ना बाबा जी, अपने मनोमनी नाले रोंदा आउंदा है, बिलकदा आउंदा है, रब नूं आवाजा मारदा आउंदा है, ऐ खुदा ऐ सच्चे मालक मैं इन्ना चिर एवें गुनाह करदा रहा, एने लोगों नू मैं मारिया, एने साधुआं संतां नू मारिया, उन्हां नू लुटिया, एवें करदा रहा, अखां दे विच्चों बाबा जी जिहड़ा मोह दा जाला सी ना उह लै गया, ममता दा जिहड़ा जाला सी उह लै गया, जाके सच्चे दात्यां दे चरणां दे विच अपने तिखे करे हथियार रख दिंदा है, नमस्तक होके लंबा पै के सिर दे बल अपना मत्था सच्चे दात्यां दे पैरां दे विच रख के माफियां मंगी जांदा, नाले रोई जांदा है, ऐ जानी जान सतगुरु बख्श दे मेरे दात्या, जो तुसी किया ना ओ बिल्कुल सच हो गया। बाबा जी मेरे मापिया ने भी मैनू दरगाह दे विच मेरा साथ देण तो इनकार कर दिता, जिन्हू व्याह के लेके आए सी ओने भी ना कर दती, जिन्हों बच्चियां दी खुशी लई मैं दिन रात करदा सी मेरी औलाद ने भी मैनू जवाब दे दिता, ऐ सच्चे सतगुरु ऐ सच्चे दात्यो मैनू बख्श दियो, मेहर करो, मैं बहुत गुनाह कीते हैं, पर तुसी अज मेरिया अखां खोलियां ने, झूठ दा जाला अज मेरिया अखां तो लै गया, झूठी ममता दा जाला अज अखां तो लै गया, सच्चे सतगुरु अज मैं अपने कीते गुनाहां दी तौबा करदा, ऐ दुनिया दे दाता मैनू बख्श दे, मैनू नहीं पता सी, सात श्री अकाल, मैनू नहीं पता सी कि मैं की करदा रहा, मैं तो परिवार दे विच परिवार दी खुशियां दे लई अन्ना होया, पता नहीं की कुछ करी गया, की कुछ कर बैठा, ऐ दीन दुनिया दे दाता मैनू बख्श दे, ऐ सच्चे सतगुरु मैनू बख्श दे। सच्चे दाते ने कहा जा भाई बख्शिश हुण ऐदा नहीं,
हुण नाम दे विच आप भी जुड़ जा ते दुनिया नूं भी जोड़, आप भी हुण किरत दे विच जुड़ जा, मेहनत दे विच जुड़ जा, सेवा दे विच जुड़ जा। अज तक तू बड़े गुनाह कीते ने, हुण जिन्ने भी लोग जिन्ने भी साधु संत मिलणगे उन्हां दे कदमां दी हुण सेवा करिया कर। हुण तेरा बेड़ा पार, एक सेवा ते दूजा भगती, ते तेरे किते हुण चंगे कर्म ही तेरा नबेड़ा करा सकदे ने, नहीं तां किते बख्शिश होनी तेरे लई मंजूर नहीं। उस तों बाद बाबा जी फिर ओ दुनिया नूं मारन वाला, साधु संतां नूं मारन वाला, लोकां नूं लुट्टण वाला नाम दे विच जुड़ गया, बंदगी च जुड़ गया, सेवा दे विच जुड़ गया, भगती दे विच जुड़ गया, चंगे कर्मां दे विच जुड़ गया। हुण ज्यों ज्यों जुड़दा चली जांदा है त्यों त्यों बख्शिश होनी शुरू हो जांदी है। ओ भाई उन्ना चिर औलाद लई जो मर्जी कर ला, याद रखी तेरी औलाद ने तेरे कीते माड़े कर्मां दी सजा नहीं वंडाउणी। परिवार लई जिन्ना मर्जी लोकां नूं लुट लै, जिन्ना मर्जी अपने परिवार नूं खुशियां देण लई जिन्ना मर्जी किसे नूं लुट लै कसुट लै, पर याद रखी खुदा दे बंदे तेरे परिवार ने भी तेरी हामी धर्मराज दी कचहरी दे विच नहीं भरनी। उत्थे तेरा कोई भी साथी नहीं होना, जो करदा जो बोना ओ वड़ना तेनू कल्ले नूं ही पैना है। लख कोई तेरा किन्ना ही चाहण वाला क्यों ना होवे, लख तेरा किन्ना ही रिश्ता क्यों ना गूढ़ा होवे, पर तेरे माड़े कीते कर्मां दी सजा सिर्फ तेनू ही मिलनी है। जो बीजा तेनू ही वड़ना पैना है, उत्थे किसे ने सहाई नहीं होना। उत्थे सहाई तां जपिया उहदा नाम, कीती सेवा, कीते चंगे कर्मां नहीं तेरा दरगाह दे विच नबेड़ा कराउणा है, होर नहीं कोई करा सकदा। एक तेरा मुर्शद, एक गुरु तेरा तेरा नबेड़ा कराऊगा, होर तेरा कोई नबेड़ा नहीं करा सकदा। सो वीरो, जिन्ने भी खुदा दे बंदे तुसी सारे बैठे हो, हमेशा सच्चे मार्ग ते चलो, किसे नू लुट के कसुट के अपने आप नू खुशी ना दे। जे किसे दे भले लई तुरदा तां याद रखी अज तू किसे दे भले लई तुर, कल नू तेरे भले लई भी खुदा भेजणगे, कल नू कोई तेरे भले लई भी आऊगा। अज तू किसे दा बुरा कर लै, याद रखी तेरियां जड़ां वड्डण वाला भी पैदा होगा। अज तू किसे दा मजाक बना लै, कल नू तेरा मजाक बनाउण वाला भी पैदा होगा। अज तू किसे दी निंदिया कर, कल नू तेरी निंदिया करन वाला भी पैदा होगा। अज तू किसे बारे बुरा सोच, कल नू तेरे बारे भी बुरा सोचण वाला पैदा होगा। अज तू किसे दा हक खा लै, कल नू तेरा भी कोई दबण वाला पैदा होगा। ऐथी है सारा कुछ, इंसान जो बोंदा है ओही ओनू वड्डना पैंदा है। लेखा धर्म राज ने मंगना पाप ना कर बंदिया, लेखा धर्म राज ने मंगना पाप ना कर बंदिया। उथे अमलां दे होणगे नबेड़े, किसे ना तेरी जात पुछणी। उथे अमलां दे होणगे नबेड़े, किसे ना तेरी जात पुछणी। बाबा जी रिश्ता किन्ना ही क्यों ना पावे, जान तो भी ज्यादा प्यारा होवे, पर याद रखियो खुदा दे बंदेओ हर एक रिश्ते दा अंत सिव्यां दे विच जाके हो जांदा है। किन्ना ही जेड़े कहंदे ने ना तेरे लई मर जांगे, तेरे पिछे मर जांगे, ओ भाई उन्हां तो तां सिव्यां दा सेक भी नहीं चलिया जांदा, उन्हां तो तां सिव्यां दा सेक भी नहीं चलिया जांदा। डक्का भी ना जदों सिवा बलदा हुंदा ना, जदों सिवे दी अग पूरी मगदी हुंदी है ते बंदा सिवे दे नेड़े जांदा भी डरदा है, डक्का भी दूरों ही सट दिंदा है।
ਐਦਾਂ ਮੱਥਾ ਟੇਕ ਦਿੰਦਾ ਹੈ ਦੂਰੋਂ ਹੀ। ਇੱਕ ਟਾਈਮ ਕਹਿੰਦਾ ਸੀ ਤੇਰੇ ਲਈ ਮਰ ਜਾਵਾਂਗੇ, ਓਏ ਤੇਰੇ ਪਿੱਛੇ ਮਰ ਜਾਵਾਂਗੇ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਜਾਂਦੀ ਵੇਰੀ ਨਾਲ ਨਾ ਖੜੇ। ਨਾਲ ਖੜਦਾ ਨਿਰਨਕਾਰੀ ਖੜਦਾ, ਨਾਲ ਖੜਦਾ ਉਹ ਅਕਾਲ ਪੁਰਖ ਵਾਹਿਗੁਰੂ ਖੜਦਾ ਹਰ ਵੇਲੇ, ਜਿਹਦੀ ਨਜ਼ਰ ਹਰ ਵੇਲੇ ਇਹ ਬੰਦੇ ਤੇਰੇ ਤੇ ਲੱਗੀ ਹੋਈ ਹੈ। ਬੰਦਾ ਕੀ ਸੋਚਦਾ ਕਿ ਮੈਨੂੰ ਕੌਣ ਵੇਖਦਾ, ਮੈਨੂੰ ਕੌਣ ਵੇਖਦਾ? ਨਹੀਂ, ਜੇ ਇਹ ਸੋਚਦਾ ਨਾ ਕਿ ਮੈਨੂੰ ਕੌਣ ਵੇਖਦਾ ਤਾਂ ਤੇਰੇ ਮਨ ਦਾ ਸਭ ਤੋਂ ਵੱਡਾ ਭੁਲੇਖਾ ਹੈ। ਜਿਹੜਾ 9 ਮਹੀਨੇ ਮਾਂ ਦੀ ਕੁੱਖ ਦੇ ਵਿੱਚ ਤੇਰੇ ਤੇ ਨਜ਼ਰ ਰੱਖਦਾ, ਕਿਆ ਗੱਲ ਉਹ ਬਾਹਰ ਨਹੀਂ ਨਜ਼ਰ ਰੱਖੂਗਾ? ਜਿਹੜਾ ਉੱਥੇ ਨਜ਼ਰ ਰੱਖ ਸਕਦਾ ਜਿੱਥੇ ਕੋਈ ਨਹੀਂ ਰੱਖ ਸਕਦਾ, ਕਿਆ ਗੱਲ ਉਹ ਬਾਹਰ ਨਹੀਂ ਵੇਖੂਗਾ? ਉਹਦੀ ਨਜ਼ਰ ਜ਼ਰਰੇ ਜ਼ਰਰੇ ਤੇ ਹੈ, ਪੱਤੇ ਪੱਤੇ ਤੇ ਉਹਦੀ ਨਜ਼ਰ ਹੈ, ਕਣ ਕਣ ਦੇ ਵਿੱਚ ਉਹਦੀ ਨਜ਼ਰ ਹੈ, ਜ਼ਰਰੇ ਜ਼ਰਰੇ ਚ, ਪੱਤੇ ਪੱਤੇ ਚ ਉਹ ਆਪ ਬੈਠਾ ਹੈ, ਹਾਜ਼ਰ ਨਾਜ਼ਰ ਹੈ। ਜਿੱਥੇ ਰੱਬ ਦਾ ਜ਼ਿਕਰ ਹੁੰਦਾ ਹੈ ਉੱਥੇ ਹੀ ਉਹ ਪੈਦਾ ਹੋ ਜਾਂਦਾ, ਜਿੱਥੇ ਉਹਨੂੰ ਧਿਆਇਆ ਜਾਂਦਾ ਹੈ ਉੱਥੇ ਹੀ ਪੈਦਾ ਹੋ ਜਾਂਦਾ, ਜਿੱਥੇ ਉਹਦਾ ਜ਼ਿਕਰ ਕੀਤਾ ਜਾਂਦਾ ਹੈ ਉੱਥੇ ਹੀ ਪੈਦਾ ਹੋ ਜਾਂਦਾ। ਇਸ ਕਰਕੇ ਦੋ ਚੀਜ਼ਾਂ ਦਾ ਧਿਆਨ ਹਮੇਸ਼ਾ ਰੱਖਿਓ ਜ਼ਿੰਦਗੀ 'ਚ, ਇੱਕ ਰੱਬ ਦਾ ਡਰ ਨਾ ਛੱਡਿਓ, ਇੱਕ ਉਹਦਾ ਦਰ ਨਾ ਛੱਡਿਓ। ਜੇ ਉਹਦਾ ਡਰ ਹੋਊਗਾ ਤੇ ਗੁਨਾਹ ਕਰਨ ਤੋਂ ਕਤਰਾਵੇਂਗਾ, ਜੇ ਉਹਦੇ ਦਰ ਨਾਲ ਜੁੜਿਆ ਰਿਹਾ ਤੇ ਜਿਹੜੇ ਕੀਤੇ ਗੁਨਾਹ ਨੇ, ਕੀਤੇ ਹੋਏ ਗੁਨਾਹ ਨੇ, ਉਹਨਾਂ ਤੇ ਵੀ ਬਖਸ਼ਿਸ਼ ਹੋ ਜਾਊਗੀ। ਇੱਕ ਉਹਦਾ ਡਰ ਨਾ ਛੱਡੀ, ਇੱਕ ਉਹਦਾ ਦਰ ਨਾ ਛੱਡੀ, ਤੇਰੇ ਬੇੜੇ ਪਾਰ ਹੋ ਜਾਣਗੇ। ਜਿਹਨਾਂ ਨੂੰ ਉਹਦਾ ਡਰ ਹੈ ਤੇ ਦਰ ਹੈ, ਇੱਕ ਡਰ ਮਿਲਿਆ ਹੋਇਆ, ਇੱਕ ਦਰ ਮਿਲਿਆ ਹੋਇਆ, ਫਿਰ ਬਖਸ਼ੇ ਜਾਤੇ ਹੈ ਵੋ ਲੋਕ ਜੋ ਦੁਆਓਂ ਮੇ ਆ ਜਾਤੇ ਹੈ, ਬਖਸ਼ੇ ਜਾਤੇ ਹੈ ਵੋ ਲੋਕ ਜੋ ਦੁਆਓਂ ਮੇ ਆ ਜਾਤੇ ਹੈ, ਬਖਸ਼ੇ ਜਾਤੇ ਨਾ ਕਭੀ ਵੋ ਲੋਕ ਜੋ ਦੁਆਓਂ ਕੋ ਵੀ ਠੁਕਰਾਤੇ ਹੈ, ਬਖਸ਼ੇ ਜਾਤੇ ਨਹੀਂ ਵੋ ਲੋਕ ਜੋ ਦੁਆਓਂ ਕੋ ਠੁਕਰਾਤੇ ਹੈ, ਬਖਸ਼ੇ ਜਾਤੇ ਹੈ ਵੋ ਲੋਕ ਜੋ ਦੁਆਓਂ ਮੇ ਸਰ ਕੋ ਝੁਕਾਤੇ ਹੈ, ਜੋ ਦੁਆਓਂ ਮੇ ਸਰ ਕੋ ਝੁਕਾਤੇ ਹੈ। ਇਸ ਕਰਕੇ ਹੰਕਾਰ ਦੇ ਵਿੱਚ ਆ ਜਵਾਨੀ ਦਾ ਮਾਣ ਨਾ ਕਰੀ, ਚੰਦ ਮਿੰਟਾਂ 'ਚ ਜ਼ਿੰਦਗੀਆਂ ਚਲੀਆਂ ਜਾਂਦੀਆਂ ਨੇ, ਚੰਦ ਮਿੰਟਾਂ ਦੇ ਵਿੱਚ। ਅਕਲ ਦਾ ਬਹੁਤ ਥਾਵਾਂ 'ਤੇ ਕਹੀ ਹੈ ਗੱਲ, ਅਕਲ ਦਾ, ਸ਼ਕਲ ਦਾ, ਹੁਸਨ ਦਾ, ਪੈਸੇ ਦਾ, ਜ਼ਮੀਨਾਂ ਦਾ, ਜਾਇਦਾਦਾਂ ਦਾ, ਮਾਇਆ ਦਾ, ਕੋਠੀਆਂ ਕਾਰਾਂ ਦਾ, ਉੱਚੀ ਪਹੁੰਚ ਦਾ, ਉੱਚੇ ਅਹੁਦੇ ਦਾ, ਇਹਨਾਂ ਚੀਜ਼ਾਂ ਦਾ ਕਦੇ ਵੀ ਮਾਣ ਨਾ ਕਰੀ, ਕਿਉਂਕਿ ਇਹਨਾਂ ਨੂੰ ਪਾਉਣ ਦੇ ਲਈ ਇਹ ਬੰਦੇ ਉਮਰਾਂ ਲੱਗ ਜਾਂਦੀਆਂ ਨੇ। ਚੰਦ ਮਿੰਟਾਂ ਦੇ ਵਿੱਚ ਖੋਹ ਲੈਂਦਾ, ਜਦੋਂ ਖੋਣ 'ਤੇ ਆਉਂਦਾ ਸਾਰਾ ਕੁਛ ਹੀ ਖੋਹ ਲੈਂਦਾ, ਅਕਲ ਵੀ ਖੋਹ ਲੈਂਦਾ, ਸ਼ਕਲ ਵੀ ਖੋਹ ਲੈਂਦਾ, ਮਾਇਆ ਵੀ ਖੋਹ ਲੈਂਦਾ, ਜ਼ਮੀਨਾਂ ਜਾਇਦਾਦਾਂ ਵੀ ਖੋਹ ਲੈਂਦਾ। ਕਿਉਂਕਿ ਯਾਦ ਰੱਖੀ, ਠੱਗੀ ਮਾਰ ਮਾਰ ਮਾਇਆ ਇਕੱਠੀ ਕਰਦਾ, ਧੀਆਂ ਪੁੱਤਾਂ ਲਈ ਜਿਉਣਾ ਹੈ ਤੇ ਮਰਦਾ। ਠੱਗੀ ਮਾਰ ਮਾਰ ਮਾਇਆ ਇਕੱਠੀ ਕਰਦਾ, ਧੀਆਂ ਪੁੱਤਾਂ ਲਈ ਜਿਉਣਾ ਹੈ ਤੇ ਮਰਦਾ। ਅੰਤ ਵੇਲੇ ਕਿਸੇ ਨੇ ਨਾ ਹਾਮੀ ਭਰਨੀ, ਕਾਲ ਤੋਂ ਛਡਾਉਣਾ ਨਹੀਂ, ਰੰਗਲੇ ਮਨਾਰਿਆਂ 'ਚ ਸਦਾ ਬੰਦਿਆ ਓਏ ਲੰਮੀਆਂ ਤਾਣ ਸੋਣਾ ਨਹੀਂ, ਰੰਗਲੇ ਮਨਾਰਿਆਂ 'ਚ ਸਦਾ ਬੰਦਿਆ ਲੰਮੀਆਂ ਤਾਣ ਸੋਣਾ ਨਹੀਂ। ਮਿੱਟੀ ਦੀ ਢੇਰੀ ਦੇ ਵਾਂਗੂ ਤਨ ਬਣ ਜਾਊ, ਮਿੱਟੀ ਦੀ ਢੇਰੀ ਦੇ ਵਾਂਗੂ ਤਨ ਬਣ ਜਾਊ, ਜਦੋਂ ਰਹੀ ਜਾਨ ਨਾ ਮੁੜਨੇ ਪ੍ਰਾਣ ਨਾ, ਅੱਜ ਤੇਰੇ ਅੱਗੇ ਪਿੱਛੇ ਫਿਰਦੇ ਜਿਹੜੇ ਉਹ ਕਿਸੇ ਨੇ ਕੰਮ ਆਉਣਾ ਨਹੀਂ, ਰੰਗਲੇ ਮਨਾਰਿਆਂ 'ਚ ਸਦਾ ਬੰਦਿਆ ਲੰਮੀਆਂ ਤਾਣ ਸੋਣਾ ਨਹੀਂ। ਇਸ ਕਰਕੇ ਨਾਮ ਜਪਿਆ ਕਰੋ, ਵੱਧ ਤੋਂ ਵੱਧ ਬੰਦਗੀ ਕਰਿਆ ਕਰੋ, ਚੰਗੇ ਕਰਮ, ਆਪਣੇ ਮਾਪਿਆਂ ਦੀ ਸੇਵਾ, ਆਪਣੇ ਬਜ਼ੁਰਗਾਂ ਦੀ ਸੇਵਾ, ਖਿਦਮਤ ਕਰਿਆ ਕਰੋ। ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤਾਈਂ ਹਮੇਸ਼ਾ ਸਭ ਦਾ ਸਤਿਕਾਰ ਕਰੋ। ਜੋ ਮਨੁੱਖ ਦੂਜੇ ਦਾ ਸਤਿਕਾਰ ਕਰਦਾ ਹੈ ਉਹ ਧੰਤਾ ਦੇ ਯੋਗ ਹੁੰਦਾ ਹੈ। ਜਿਹੜਾ ਇਨਸਾਨ ਖੁਦਾ ਦੀ ਬੰਦਗੀ ਕਰਦਾ ਹੈ, ਨੇਕੀਆਂ ਕਰਦਾ ਹੈ, ਉਹ ਸਤਿਕਾਰ ਯੋਗ ਹੁੰਦਾ ਹੈ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ।
ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਫਿਰ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਂ ਬਾਪ ਆਪਣੀ ਔਲਾਦ ਨੂੰ ਪਿਆਰ ਕਰਦੇ ਨਾ ਓਵੇਂ ਉਹ ਖੁਦਾ ਉਹ ਵਾਹਿਗੁਰੂ ਉਹ ਅੱਲਾ ਉਹ ਹਰੀ ਨਾਰਾਇਣ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਫਕੀਰਾਂ ਨੂੰ ਪਿਆਰ ਕਰਦੇ ਪਿਆਰ ਕਰਦੇ ਨਾਮ ਜਪਿਆ ਕਰੋ ਆਪਣੀ ਮਿਹਨਤ ਤੇ ਯਕੀਨ ਰੱਖੋ ਹਮੇਸ਼ਾ ਮਿਹਨਤ ਦੀ ਰੋਟੀ ਕਮਾਓ ਹੱਕ ਦੀ ਰੋਟੀ ਕਮਾਓ ਸੱਚ ਦੀ ਰੋਟੀ ਕਮਾਓ ਹੱਕ ਤੇ ਸੱਚ ਦੀ ਕਮਾਈ ਹੋਈ ਰੋਟੀ ਤੇਰੇ ਪਰਿਵਾਰ ਦੇ ਵਿੱਚ ਵੀ ਸਕੂਨ ਲੈ ਕੇ ਆਊਗੀ ਬਾਬਾ ਜੀ ਬੇਸ਼ੱਕ ਦੁਨੀਆਂ ਦੀ ਬਾਦਸ਼ਾਹੀ ਜਿੱਤ ਲੈ ਪਰ ਜੇ ਰਾਤ ਨੂੰ ਨੀਂਦ ਦੀ ਗੋਲੀਆਂ ਲੈ ਕੇ ਸੌਣਾ ਪਿਆ ਤਾਂ ਸਮਝ ਲੈ ਕਿ ਜੋ ਕਮਾਇਆ ਫਜ਼ੂਲੀ ਕਮਾਇਆ ਐਸੀ ਮਾਇਆ ਨੂੰ ਕੀ ਕਰਨਾ ਜਿਹਨੂੰ ਪਾ ਕੇ ਇਨਸਾਨ ਦਾ ਚੈਨ ਹੀ ਖੋ ਜਾਵੇ ਇਨਸਾਨ ਦੀ ਨੀਂਦ ਚਲੀ ਜਾਵੇ ਸੁੱਖ ਚਲਿਆ ਜਾਵੇ ਐਸੀ ਮਾਇਆ ਨੂੰ ਵੀ ਕੀ ਕਰਨਾ ਐਸੀ ਝੂਠੀ ਸ਼ੋਹਰਤ ਨੂੰ ਕੀ ਕਰਨਾ ਕਿ ਜਿਹੜੀ ਰਾਤ ਨੂੰ ਸੌਣ ਲੱਗੇ ਬੰਦੇ ਨੂੰ ਨੀਂਦ ਦੀਆਂ ਗੋਲੀਆਂ ਲੈਣ ਤੇ ਮਜਬੂਰ ਕਰ ਦੇਵੇ ਉਹਦੇ ਨਾਲੋਂ ਚੰਗਾ ਤਾਂ ਉਹ ਫੱਕਰ ਲੋਕ ਨੇ ਜਿਹੜੇ ਜਿਹਨਾਂ ਨੂੰ ਇੱਕ ਵਕਤ ਦੀ ਮਿਲਦੀ ਹੈ ਪਰ ਬੜੀ ਸਕੂਨ ਦੀ ਨੀਂਦ ਸੁੱਤੇ ਪਏ ਹੁੰਦੇ ਐਸੀ ਮਾਇਆ ਕੀ ਕਰਨੀ ਹੈ ਬਾਬਾ ਜੀ ਜਿਹੜੀ ਜ਼ਿੰਦਗੀ ਦਾ ਸਕੂਨ ਹੀ ਖੋਲਵੇ ਦੱਬ ਕੇ ਵਾਹੀਏ ਰੱਜ ਕੇ ਖਾਈਏ ਦੱਬ ਕੇ ਵਾਹੀਏ ਰੱਜ ਕੇ ਖਾਈਏ ਉਹਦੇ ਚੋਂ ਥੋੜਾ ਬਹੁਤਾ ਫਿਰ ਦਾਨ ਪੁੰਨ ਚ ਵੀ ਲਾਈਏ ਦੱਬ ਕੇ ਵਾਹੀਏ ਸਰੀਰ ਨੂੰ ਆਪਣੇ ਸਰੀਰ ਨੂੰ ਮਿਹਨਤ ਚ ਲਾ ਫਿਰ ਕੀ ਹੋ ਗਿਆ ਜੇ ਮਾਇਆ ਘੱਟ ਹੈ ਸਕੂਨ ਤਾਂ ਹੈਗਾ ਮੈਂ ਪਹਿਲਾਂ ਕਹਿ ਕੇ ਹਟਿਆ ਮਾਇਆ ਜ਼ਿਆਦਾ ਆ ਗਈ ਪਰ ਰਾਤ ਨੂੰ ਸੌਣ ਲੱਗੇ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਣ ਫਿਰ ਐਸੀ ਮਾਇਆ ਕੀ ਕਰਨੀ ਹੈ ਐਸੇ ਮਹਿਲ ਮਨਾਰੇ ਕੀ ਕਰਨੇ ਨੇ ਐਸੇ ਚੰਗੇ ਚੰਗੇ ਬੈੱਡ ਗਲੀਚੇ ਕੀ ਕਰਨੇ ਨੇ ਜਿਨ੍ਹਾਂ ਤੇ ਪੈ ਕੇ ਵੀ ਸਕੂਨ ਨਾ ਹੋਵੇ ਜਿਨ੍ਹਾਂ ਤੇ ਪੈ ਕੇ ਨੀਂਦ ਨਾ ਆਵੇ ਇਹਦੇ ਨਾਲੋਂ ਘਰ ਬੇਸ਼ੱਕ ਛੋਟਾ ਹੋਵੇ ਪਰ ਘਰ ਦੇ ਵਿੱਚ ਸਕੂਨ ਹੋਣਾ ਚਾਹੀਦਾ ਬੰਦੇ ਦਾ ਪੈਣ ਵਾਲਾ ਬੈੱਡ ਮੰਜਾ ਬੇਸ਼ੱਕ ਛੋਟਾ ਹੋਵੇ ਪਰ ਉਹਦੇ ਤੇ ਸੌਣ ਵਾਲੇ ਨੂੰ ਨੀਂਦ ਬੇਫਿਕਰਾਂ ਦੀ ਆਉਣੀ ਚਾਹੀਦੀ ਆ ਉਹੀ ਸਕੂਨ ਇਸ ਕਰਕੇ ਜਿਹੜੇ ਰੂਪ ਦੇ ਵਿੱਚ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਜੇ ਤੁਹਾਡਾ ਯਕੀਨ ਵਾਹਿਗੁਰੂ 'ਚ ਹੈ ਫਿਰ ਆਪਣੇ ਵਾਹਿਗੁਰੂ 'ਚ ਪੱਕਾ ਹੋ ਜਾ ਫਿਰ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖਸ਼ਣਹਾਰਾ ਕਹਿੰਦਾ ਜੇ ਤੇਰਾ ਯਕੀਨ ਅੱਲਾ 'ਚ ਹੈ ਅੱਲਾ 'ਚ ਪੱਕਾ ਹੋ ਜਾ ਅੱਲਾ ਅੱਲਾ 'ਚ ਪੱਕਾ ਹੋ ਜਾ ਜੇ ਤੇਰਾ ਯਕੀਨ ਰਾਮ 'ਚ ਹੈ ਆਪਣੇ ਰਾਮ ਦੇ ਵਿੱਚ ਪੱਕਾ ਹੋ ਜਾ ਜੇ ਤੇਰਾ ਯਕੀਨ ਹਰੀ ਨਾਰਾਇਣ ਦੇ ਵਿੱਚ ਹੈ ਆਪਣੇ ਹਰੀ ਨਾਰਾਇਣ ਦੇ ਵਿੱਚ ਪੱਕਾ ਹੋ ਜਾ ਪੱਕਾ ਹੋ ਜਾ ਜੇ ਤੇਰਾ ਯਕੀਨ ਮਿਹਨਤ ਦੇ ਵਿੱਚ ਹੈ ਕਿਰਤ ਦੇ ਵਿੱਚ ਤੇਰਾ ਯਕੀਨ ਹੈ ਫਿਰ ਆਪਣੀ ਮਿਹਨਤ ਦੇ ਵਿੱਚ ਆਪਣੀ ਕਿਰਤ 'ਚ ਪੱਕਾ ਹੋ ਜਾ ਪਰ ਪੱਕਾ ਹੋ ਜਾ ਬਹੁਤ ਹੈ ਸੋ ਸੰਗਤ ਜਿਹੜੀ ਸੰਗਤ ਹੁੰਦੀ ਹੈ ਉਹ ਗੁਰੂ ਦਾ ਰੂਪ ਹੁੰਦੀ ਹੈ ਜਾਣੇ ਅਣਜਾਣੇ ਮੈਂ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵਾਧਾ ਘਾਟਾ ਸ਼ਬਦ ਬੋਲ ਗਿਆ ਹੋਵਾਂ ਕਿਸੇ ਵੀ ਕਿਸਮ ਦਾ ਕੋਈ ਠੇਸ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਸ਼ਬਦ ਬੋਲ ਗਿਆ ਹੋਵਾਂ ਤੇ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਬਖਸ਼ਣਹਾਰ ਹੁੰਦੀ ਹੈ ਤੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦਾ ਜਾਣੇ ਅਣਜਾਣੇ ਕੋਈ ਸ਼ਬਦ ਉੱਚਾ ਨੀਵਾਂ ਹੋ ਗਿਆ ਸ਼ਬਦ ਸੁਣਾਉਣਾ ਸ਼ਬਦ ਸੁਣਨਾ ਚੱਲ ਜੋ ਭਾਈ ਤੁਹਾਡਾ ਹੁਕਮ ਅਸੀਂ ਤਾਂ ਨੌਕਰ ਹਾਂ ਤੁਹਾਡੇ
गुलामां दे गुलामां दे गुलामां दे वी गुलाम असी तां संगत दे जिहड़े संगत दे जोड़े आ जिहड़ी संगत दे जोड़ियां दे थले मिट्टी लगी हुंदी है ਉਹ ਭਾਈ ਮੈਂ ਤਾਂ ਉਸ ਮਿੱਟੀ ਵਰਗਾ ਵੀ ਨਹੀਂ ਹੈਗਾ ਸੰਗਤ ਦੇ ਜੋੜਿਆਂ ਵਰਗਾ ਵੀ ਨਹੀਂ ਹੈਗਾ ਸੰਗਤ ਦੇ ਸੰਗਤ ਦਾ ਰੁਤਬਾ ਬਹੁਤ ਵੱਡਾ ਹੁੰਦਾ ਮੈਨੂੰ ਮੇਰੇ ਦਾਤਾ ਜੀ ਨੇ ਕਹੀ ਹੋਈ ਹੈ ਗੱਲ ਸ਼ੁਰੂ ਤੋਂ ਤੇ ਮੈਂ ਜਦੋਂ ਸੋਝੀ ਸਾਹਮਣਿਆ ਇਸ ਗੱਲ ਤੇ ਹਮੇਸ਼ਾ ਅਮਲ ਕਰਦਾ ਹਾਂ ਹਮੇਸ਼ਾ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਲੱਭਾਂਗੇ ਜਦੋਂ ਵੀ ਮਿਲਾਂਗੇ ਸੰਗਤ 'ਚ ਹੀ ਮਿਲਾਂਗੇ बलराज का गाया हुआ बलराज बलराज जे मेरी आवाज जे बलराज सुनता हुआ तो बलराज नूं मैं कहना चाहूँगा बलराज तेनू बहुत बहुत प्यार मेरे वालों राजे और दुआ करदा बलराज दे उत्ते ते सारे परिवार के उत्ते हमेशा कृपा रवे बापू लाल बादशाह जी के दरबार से बहुत प्यारा मुरीद बलराज बहुत प्यारा ਉਹਨਾਂ ਦੇ ਦਰਬਾਰ ਦਾ ਸੇਵਕ ਹੈ ਬਲਰਾਜ ਜੇ ਮੇਰੀ ਆਵਾਜ਼ ਬਲਰਾਜ ਤੱਕ ਪਹੁੰਚੀ ਤੇ ਬਲਰਾਜ ਨੂੰ ਮੈਂ ਬਹੁਤ ਬਹੁਤ ਪਿਆਰ ਦੇਣਾ ਚਾਹੂੰਗਾ ਬਹੁਤ ਬਹੁਤ ਸਤਿਕਾਰ ਦੇਣਾ ਚਾਹੂੰਗਾ ਕਿਉਂਕਿ ਬਲਰਾਜ ਇੱਕ ਬਹੁਤ ਨੇਕ ਰੂਹ ਹੈ ਖੁਦਾ ਦਾ ਇੱਕ ਨੇਕ ਬੰਦਾ ਹੈ ਜਿਹੜਾ ਸਭ ਦਾ ਸਤਿਕਾਰ ਕਰਦਾ ਹੈ ਔਰ ਬਲਰਾਜ ਨੂੰ ਤਾਂ ਬਲਰਾਜ ਦਾ ਗਾਇਆ ਹੋਇਆ ਇਹ ਸ਼ਬਦ ਹੈ ਬਲਰਾਜ ਨੂੰ ਬਹੁਤ ਪਿਆਰ ਸਤਿਕਾਰ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ ਜਿਹਦੀ ਬਾਂ ਫੜਦੇ ਉਹਦੀ ਛੋੜਦੇ ਨਹੀਂ ਦਾਤਾ ਦਰਿਆਂ ਨੂੰ ਖਾਲੀ ਮੋੜਦੇ ਨਹੀਂ ਸਖੀ ਖੈਰ ਖਜ਼ਾਨਿਓਂ ਪਾ ਦਿੰਦੇ ਜਿਹਦੇ ਦਿਲ ਵਿੱਚ ਹੋਵੇ ਤਸਵੀਰ ਦਾਤਾ ਦੀ ਦਾਤਾ ਸੁੱਤੜੇ ਲੇਖ ਜਗਾ ਦਿੰਦੇ ਜਿਹੜਾ ਦਿਲੋਂ ਧਿਆਵੇ ਸੱਚੇ ਦਾਤਾ ਨੂੰ ਦਾਤਾ ਵਿੱਚ ਦਰਗਾਹ ਦੇ ਬਖਸ਼ਾ ਦਿੰਦੇ ਦਾਤਾ ਵਿੱਚ ਦਰਗਾਹ ਦੇ ਬਖਸ਼ਾ ਦਿੰਦੇ ਤੇਰੀਆਂ ਨੇ ਸੱਬੇ ਤੇਰੀਆਂ ਨੇ ਸੱਬੇ ਵਡਿਆਈਆਂ ਮੇਰੇ ਮਾਲਕਾ ਤੇਰੀਆਂ ਨੇ ਸੱਬੇ ਵਡਿਆਈਆਂ ਮੇਰੇ ਮਾਲਕਾ ਤੇਰੀਆਂ ਨੇ ਸੱਬੇ ਵਡਿਆਈਆਂ ਮੇਰੇ ਮਾਲਕਾ ਸ਼ੂਕ ਦੇ ਤੂਫਾਨਾਂ ਤੇ ਹਨੇਰੀਆਂ ਦੇ ਵਿੱਚ ਵੀ ਸ਼ੂਕ ਦੇ ਤੂਫਾਨਾਂ ਤੇ ਹਨੇਰੀਆਂ ਦੇ ਵਿੱਚ ਵੀ ਸਭ ਥਾਵਾਂ ਮੈਨੂੰ ਤੂੰ ਵਿਖਾਈਆਂ ਮੇਰੇ ਮਾਲਕਾ ਤੇਰੀਆਂ ਨੇ ਸੱਬੇ ਵਡਿਆਈਆਂ 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 ਮੇਰੇ ਮਾਲਕਾ
होंदी ना जे मेर तेरी किने सानू पुछना सी होंदी ना जे मेर तेरी किने सानू पुछना सी बाजियां तुहारे नू बाजियां तुहारे नू जताइया मेरे मालका तेरिया ने सबे वड्याइया मेरे मालका तेरिया ने सबे वड्याइया मेरे मालका तेरिया ने सबे वड्याइया मेरे मालका कई इत्थे फिरदे सी पैरां हेठां रोलणे नूं कई मैनू फिरदे सी पैरां हेठां रोलणे नूं बाजियां तुहारे नूं जताइयां मेरे मालका तेरियां ने सबे वड्याइयां 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 मेरे मालका होंदी ना जे मेर तेरी किने सानू पुछना सी होंदी ना जे मेर तेरी किने सानू पुछना सी हाय हाय सच्ची है ना होंदी ना जे मेर तेरी किने सानू पुछना सी बिना ओदी मेर तो कोई किसे नू जानदा पहचानदा नहीं बिना ओदी मेहर तो कोई तरक्की नहीं कर सकता बिना ओदी मेहर तो कोई अगाह नहीं बढ़ सकता होंदी ना जे मेहर तेरी किने सानू पुछना सी होंदी ना जे मेहर तेरी किने सानू पुछना सी गुड्डियां तू अंबरी गुटियां तू अंबरी चढ़ाइया मेरे मालका तेरिया ने सबे वड्याइया 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 मेरे मालका कई मेरे अपने भी अपना ना जानते सी कई मेरे अपने भी अपना ना जानते सी जदों गरीबी होंदी है ना जदों बंदे दे टाइम माड़ा होंदा है गरीबी होंदी है उस वक्त अपने भी अपने नहीं बनते अपने भी साथ छड़ दिंदे आ जदों बंदे ते वक्त माड़ा हुंदा या बंदे दे हालात माड़े हुंदे ने साथ छड़ जांदे फिर रिश्तेदार करीबी दे फिर बंदे दी जदों चढ़ाई हुंदी है
चार चीजा बंदे दे कोल आ जांदियां ने फिर कई मेरे अपने भी अपना ना जानते सी कई मेरे अपने भी अपना ना जानते सी दूर तक पहुंचा तू दूर तक पहुंचा तू पचाइया मेरे मालका तेरिया ने सबे वडियाइया मेरे मालका साडे दिल विच वस जा तू किते दिल च वसा लै सानू साडे दिल विच वस जा तू किते दिल च वसा लै सानू साडे दिल विच वस जा तू किते दिल च वसा लै सानू आ साडा बन जा तू आ साडा बन जा तू किते अपना बना ले सानू 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 साडे दिल विच वस जा तू किते दिल च वसा ले सानू बड़ी मुश्किल लभदे ने कौन बड़ी मुश्किल लभदे ने पाक मदीने यार नगीने ओ छतरी किस कम दी जदों उड़ गया कबूतर चीने यार नगीने बड़ी मुश्किल लभदे ने पाक मदीने यार नगीने ओ छतरी किस कम दी जदों उठ के कबूतर चीने यार नगीने असी तेरे गोले हां असी तेरे गोले हां जिथे मर्जी बिठा ले सानू सानू आजा दिल विच वस जा तू किते दिल च वसा ले सानू साडे दिल विच वस जा तू किते दिल च वसा ले सानू आ साडा बन जा तू आ साडा बन जा तू किते अपना बना ले सानू साडे दिल विच वस जा तू किते दिल च वसा ले सानू यो बाबा ऐनी हाजरी प्रवान करो भाई कलाकार तो यही ने भाई इसका हे बकाय जाने अनजाने कोई वादा घाटा बोल गया मत संगत माफी योग है माफी देने वाली है भुल चुक बख्शो।